ਰਾਦਰ ਦੇ ਲੋਕਾਂ ਨੂੰ ਤੇ ਉਤਾਲਿਆ ਸੁ ਫੈਸਲਾ ਕਰਨ ਵਾਲਾ ਕੁਰਾਨ ਜਿੰਨਾ ਨਹੀਂ ਮੰਨਿਆ ਗੱਲਾਂ ਅੱਲਾਹ ਜੀਆਂ ਜ਼ਰੂਰ ਉਹਨਾਂ ਨੂੰ ਮਾਰੇ ਸਖਤ ਤੇ ਅੱਲਾਹ ਜ਼ੋਰ ਆਵਦੇ ਬਦਲਾ ਲੈਣ ਵਾਲਾ ਅੱਲਾਹ ਤੋਂ ਜ਼ਰੂਰ ਕੁਝ ਗੁੱਜਾ ਨਹੀਂ ਰਹਿੰਦਾ ਜ਼ਮੀਨ ਵਿੱਚ ਤੇ ਨਾ ਅਸਮਾਨਾਂ ਵਿੱਚ ਉਹੋ ਹੀ ਇਹ ਜਿਹੜਾ ਸੂਰਤ ਬਣਾਉਂਦਾ ਹੈ ਤੁਹਾਡੀ ਮਾਂ ਦੇ ਪੇਟਾਂ ਵਿੱਚ ਜਿਸ ਤਰ੍ਹਾਂ ਚਾਹਦਾ ਉਹਦੇ 빈 ਕੋਈ ਵੀ ਇਬਾਦਤ ਦੇ ਲਾਇਕ ਨਹੀਂ ਜ਼ੋਰ ਆਵਰ ਹਕਮਤ ਵਾਲਾ ਉਹ ਇਹ ਜਿੰਨੇ ਉਤਾਰੀ ਤੇਰੇ ਉੱਤੇ ਕਿਤਾਬ ਕੁਝ ਉਸ ਵਿੱਚੋਂ ਗੱਲਾਂ ਨੇ ਪੱਕੀਆਂ ਉਹ ਜਲਨੇ ਕਿਤਾਬ ਦੀ ਤੇ ਹੋਰ ਨੇ ਇਹੋ ਜਿਹੀਆਂ ਆਇ ਤਾਂ ਮਿਲਦੀਆਂ ਜੁਲਦੀਆਂ ਫਿਰ ਜਿਨ੍ਹਾਂ ਦੇ ਦਿਲਾਂ ਵਿੱਚ ਖੋਟ ਹੈ ਮਗਰ ਪੈਂਦੇ ਨੇ ਮਿਲਦੀਆਂ ਜੁਲਦੀਆਂ ਗੱਲਾਂ ਦੇ ਉਸ ਵਿੱਚੋਂ ਫਿੱਟਨੇ ਦੀ ਖੋਜ ਲਈ ਤੇ ਉਹਦੀ ਮੁਰਾਦ ਲੱਭਣ ਲਈ ਤੇ ਨਹੀਂ ਜਾਣਦੇ ਮੁਰਾਦ ਉਹਦੀ ਪਰ ਅੱਲਾ ਤੇ ਜਿਹੜੇ ਪੱਕੇ ਨੇ ਇਲਮ ਦੇ ਚ ਆਖਦੇ ਨੇ ਅਸਾਂ ਮੰਨਿਆ ਇਹ ਉਹਨੂੰ ਹਰ ਇੱਕ ਸਾਡੇ ਰੱਬ ਵੱਲੋਂ ਐ ਤੇ ਨਹੀਂ ਮਤ ਲੈਂਦੇ ਪਰ ਸવાય ਅਕਲਾਂ ਵਾਲਿਆਂ ਦੇ ਰੱਬਾ ਸਾਡਿਆ ਨਾ ਡਿੰਗੇ ਕਰ ਦਿਲ ਸਾਡੇ ਪਿੱਛੇ ਇਸ ਦੇ ਜੋ ਰਾਹ ਲਾਇਆ ਈ ਸਾਨੂੰ ਤੇ ਦੇ ਸਾਨੂੰ ਆਪਣੇ ਕੋਲ ਰਹਿਮਤ ਬੇਸ਼ੱਕ ਤੂੰ ਹੀ ਐ ਦਾਤਾ ਸਾਡੇ ਰੱਬਾ ਤੂੰ ਜ਼ਰੂਰ ਇਕੱਠਾ ਕਰਨਾ ਹੈ ਲੋਕਾਂ ਨੂੰ ਉਸ ਦਿਨ ਜਿਸ ਵਿੱਚ ਕੋਈ ਸ਼ੱਕ ਨਹੀਂ ਅੱਲਾ ਜ਼ਰੂਰ ਨਹੀਂ ਖিলাਫ ਕਰਦਾ ਆਪਣੇ ਵਾਦੇ ਜਿਨ੍ਹਾਂ ਨਹੀਂ ਮੰਨਿਆ ਜ਼ਰੂਰ ਉਹਨਾਂ ਦੇ ਕੰਮ ਨਹੀਂ ਹੋਣੇ ਉਹਨਾਂ ਦੇ ਮਾਲ ਤੇ ਨਾ ਉਹਨਾਂ ਦੀ ਔਲਾਦ ਅੱਲਾ ਦੇ ਅਜ਼ਾਬੋਂ ਇੱਕ ਜ਼ਰਾ ਵੀ ਉਹ ਹੀ ਨੇ ਬਲਨ ਅਕਦਾ ਜਿਵੇਂ ਟੰਗੇ ਫਰਾਉਣ ਵਾਲਿਆਂ ਦਾ ਤੇ ਜਿਹੜੇ ਉਹਨਾਂ ਤੋਂ ਪਾਲੇ ਸਨ ਚੁੱਠਲਾਈਓ ਨੇ ਸਾਡੀਆਂ ਆਇਤਾਂ ਫਿਰ ਫੜਿਆ ਉਹਨਾਂ ਨੂੰ ਅੱਲਾ ਨੇ ਬਦਲੇ ਉਹਨਾਂ ਦੇ ਗੁਨਾਹ ਦੇ ਤੇ ਅੱਲਾ ਦੀ ਮਾਰ ਸਖਤ ਏ ਹਬੀਬ ਤੁਸੀਂ ਆਖੋ ਬੇਈਮਾਨਾਂ ਨੂੰ ਹੁਣ ਤੁਸੀਂ ਹਾਰ ਜਾਓਗੇ ਤੇ ਇਕੱਠੇ ਹੋਣਾ ਜੇ ਦੋਜ਼ਖਵਲ ਤੇ ਕੀਆ ਬੁਰਾ ਵਛਾਉਣਾ ਏ ਹੋਣੇ ਹੋ ਚੁੱਕਾ ਏ ਤੁਸਾਂ ਨੇ ਇੱਕ ਪਤਾ ਦੋ ਫੌਜਾਂ ਵਿੱਚ ਜੋ ਪੀੜੀਆਂ ਬਦਲਦੇ ਮੈਦਾਨ ਵਿੱਚ ਇੱਕ ਫੌਜ ਲੜਦੀ ਏ ਅੱਲਾ ਦੇ ਰਾਹ ਵਿੱਚ ਤੇ ਦੂਜੀ ਬੇਈਮਾਨ ਏ ਦੇਖਦੇ ਨੇ ਉਹਨਾਂ ਨੂੰ ਆਪਣੇ ਨਾਲੋਂ ਦੁਨੇ ਵੇਖਣਾ ਅੱਖ ਦਾ ਤੇ ਅੱਲਾ ਜ਼ੋਰ ਦਿੰਦਾ ਹੈ ਆਪਣੀ ਮਦਦ ਨਾਲ ਜਿੰਨੂੰ ਚਾਹੇ ਇਸ ਵਿੱਚ ਜ਼ਰੂਰੀ ਕਿਆਸਤਾ ਥਾਂ ਹੈ ਅੱਖੀਆਂ ਵਾਲਿਆਂ ਲਈ ਸੋਹਣੀਆਂ ਲੱਗਦੀਆਂ ਨੇ ਲੋਕਾਂ ਨੂੰ ਪਿਆਰੀਆਂ ਮਨ ਭਾਉਂਦੀਆਂ ਚੀਜ਼ਾਂ ਜੋ ਔਰਤਾ ਨੇ ਤੇ ਪੁੱਤਰ ਤੇ ਟੀਰ ਇਕੱਠੇ ਕੀਤੇ ਹੋਏ ਸੋਨੇ ਤੇ ਚਾਂਦੀ ਦੇ ਤੇ ਕੋੜੇ ਭਲੇ ਹੋਏ ਤੇ ਚੋਖਰ ਤੇ ਪੈਲੀ ਇਹ ਨੇ ਵਰਤੁਣੀਆਂ ਜੀਹਾਂ ਦੁਨੀਆਂ ਦੀ ਹਯਾਤੀ ਜੀਆਂ ਤੇ ਅੱਲਾਹ ਕੋਲ ਸਭ ਤੋਂ ਸੋਹਣਾ ਟਿਕਾਣਾ ਹੈ ਹਬੀਬ ਤੁਸੀਂ ਆਖੋ ਭਲਾ ਮੈਂ ਤੁਹਾਨੂੰ ਦੱਸਾਂ ਇਹਦੂ ਚੰਗੀ ਚੀਜ਼ ਬੱਚ ਕੇ ਟੁਰਨ ਵਾਲਿਆਂ ਲਈ ਉਹਨਾਂ ਦੇ ਰੱਬ ਦੇ ਕੋਲ ਬਾਗ ਨੇ ਵਗਦੀਆਂ ਨੇ ਹੀਠ ਉਹਨਾਂ ਦੇ ਨਹਿਰਾਂ ਸਦਾ ਰਹਿਣਗੇ ਉੱਥੇ ਤੇ بیویਆਂ ਨੇ ਸੁਥਰੀਆਂ ਤੇ ਰਜ਼ਾਮੰਦੀ ਹੈ ਅੱਲਾ ਦੀ ਤੇ ਰਜ਼ਾ ਅੱਲਾ ਦੀ ਸਭ ਨੇਮਤਾਂ ਨਾਲੋਂ ਵੱਡੀ ਨੇਮਤ ਹੈ ਤੇ ਅੱਲਾ ਵੇਖਦਾ ਹੈ ਬੰਦਿਆਂ ਨੂੰ ਅਰੇ ਆਖਦੇ ਨੇ ਸਾਡੇ ਰੱਬਾ ਅਸਾਂ ਜ਼ਰੂਰ ਮੰਨਿਆ ਹੈ ਸੋ ਬਖਸ਼ ਸਾਨੂੰ ਗੁਨਾਹ ਸਾਡੇ ਤੇ ਬਚਾ ਸਾਨੂੰ ਅੱਗ ਦੇ ਅਜ਼ਾਬੋਂ ਜੋ ਸਬਰ ਕਰਨ ਵਾਲੇ ਨੇ ਤੇ ਸੱਚ ਆਖਣ ਵਾਲੇ ਤੇ ਬੰਦਗੀ ਵਿੱਚ ਲੱਗੇ ਰਹਿਣ ਵਾਲੇ ਤੇ ਖਰਚ ਕਰਨ ਵਾਲੇ ਤੇ ਬਖਸ਼ਿਸ਼ ਮੰਗਣ ਵਾਲੇ ਸਰਗੀ ਵੇਲੇ

ਦੁੱਖ ਕਰਕੇ ਆਪੇ ਵਿੱਚ ਤੇ ਜਿਹੜਾ ਨਾ ਮੰਨਿਆ ਤਾਂ ਅੱਲਾਹ ਦੀਆਂ ਤਾਂ ਅੱਲਾਹ ਜ਼ਰੂਰ ਲੇਖਾ ਲੈਣ ਵਾਲਾ ਹੈ ਹਬੀਬ ਜੇ ਫੇਰ ਝਗੜਨ ਤੇਰੇ ਨਾਲ ਤਾਂ ਤੂੰ ਆਖ ਮੈਂ ਆਪਣਾ ਮੂੰਹ ਅੱਲਾਹ ਵੱਲ ਕਰ ਚੁਕਾ ਨਾਲੇ ਉਹ ਵੀ ਜੋ ਮੇਰੇ ਉਮਤੀ ਨੇ ਨਾਲੇ ਤੂੰ ਆਖ ਉਹ ਨਾਨੂ ਜਿਨ੍ਹਾਂ ਨੂੰ ਮਿਲੀ ਹੈ ਕਿਤਾਬ ਤੇ ਅਨਪੜਿਆਂ ਨੂੰ ਵੀ ਭਲਾ ਤੁਸੀਂ ਵੀ ਇਸਲਾਮ ਤੇ ਆਉਂਦੇ ਹੋ ਫੇਰ ਤੇ ਮੁਸਲਮਾਨ ਹੋ ਜਾਣ ਤਾਂ ਸਿੱਧੀ ਰਾਹ ਤੇ ਆਏ ਤੇ ਜੇ ਮੂੰਹ ਫੇਰਿਓ ਨੇ ਤਾਂ ਤੇਰੇ ਸਿਰ ਨਿਰਾ ਪਗਾਮ ਪਹੁੰਚਣਾ ਹੈ ਕਿ ਅੱਲਾਹ ਵੇਖਦਾ ਹੈ ਬੰਦਿਆਂ ਨੂੰ ਜਿਹੜੇ ਨਹੀਂ ਮੰਨਦੇ ਆਇ ਤਾਂ ਅੱਲਾਹ ਦੀਆਂ ਤੇ ਖੂਨ ਕਰਦੇ ਨੇ ਪੈਗੰਬਰਾਂ ਦਾ ਨਾ ਹੱਕ ਨਾਲੇ ਖੂਨ ਕਰਦੇ ਨੇ ਉਹਨਾਂ ਦਾ ਜਿਹੜੇ ਹੁਕਮ ਕਰਦੇ ਨੇ ਇਨਸਾਫ ਦਾ ਲੋਕਾਂ ਵਿੱਚੋਂ ਸੋ ਜ਼ਰੂਰ ਖਬਰ ਦੇ ਉਹਨਾਂ ਨੂੰ ਦੁੱਖ ਦੀ ਮਾਰ ਦੀ ਉਹ ਲੋਕ ਨੇ ਜਿਨ੍ਹਾਂ ਦੀ ਕਮਾਈ ਬਰਬਾਦ ਗਈ ਦੁਨੀਆ ਤੇ ਆਖਰਤ ਵਿੱਚ ਤੇ ਨਹੀਂ ਉਹਨਾਂ ਦਾ ਕੋਈ ਮਦਦ ਕਰਨ ਵਾਲਾ ਉਹਨਾਂ ਵਿੱਚੋਂ ਭਲਾ ਤੂੰ ਨਹੀਂ ਡਿਠੇ ਜਿਹਨਾਂ ਨੂੰ ਮਿਲਿਆ ਇੱਕ ਹਿੱਸਾ ਕਿਤਾਬ ਦਾ ਸੱਦੇ ਜਾਣਦੇ ਨੇ ਅੱਲਾਹ ਦੀ ਕਿਤਾਬ ਵਾਲੇ ਤਾਂ ਫੈਸਲਾ ਕਰਿਓ ਉਹਨਾਂ ਵਿੱਚ ਫਿਰ ਮੂੰਹ ਮੋੜਦੇ ਨੇ ਕੁਝ ਲੋਗੋ ਨਾਲ ਵਿੱਚੋਂ ਤੇ ਉਹ ਫਿਰ ਤੂੰ ਨੇ ਇਹ ਹੀ ਇਸ ਬਾਬ ਨਾਲ ਜੋ ਉਹਨਾਂ ਜ਼ਰੂਰ ਆਖਿਆ ਸਾਨੂੰ ਅੱਗ ਛੂਣੀ ਹੀ ਨਹੀਂ ਪਰ ਦਿਨ ਗਿਣਤੀ ਦੇ ਤੇ ਧੋਖਾ ਦਿੱਤਾ ਉਹਨਾਂ ਨੂੰ ਉਹਨਾਂ ਦੇ ਦੀਨ ਵਿੱਚ ਉਸ ਗੱਲ ਨੇ ਜੋ ਆਪ ਕਰ ਲਈ ਸਣੇ ਫਿਰ ਕੀ ਹਾਲ ਹੋਵੇਗਾ ਜਦ ਅਸੀਂ ਉਹਨਾਂ ਨੂੰ ਇਕੱਠਾ ਕਰਾਂਗੇ ਉਸ ਦਿਨ ਜਿਸ ਵਿੱਚ ਕੋਈ ਸ਼ੱਕ ਨਹੀਂ ਤੇ ਪੂਰਾ ਮਿਲੇਗਾ ਹਰ ਇੱਕ ਜੀਵ ਨੂੰ ਜੋ ਕਮਾਇਓ ਸੁ ਤੇ ਉਹਨਾਂ ਉੱਤੇ ਜ਼ੁਲਮ ਨਹੀਂ ਹੋਵੇਗਾ ਉਸ ਦਿਨ ਆਪਣੇ ਬਣਾਉਟੀ ਮਸਲਿਆਂ ਉੱਤੇ ਟੁਰਨ ਦਾ ਸੁਆਦ ਚਖਣਗੇ तू ਆਖੇ ਅੱਲਾ ਮਲਕ ਦੇ ਮਾਲਕਾ ਤੂੰ ਦੇਣਾ ਹੈ ਮਲਕ ਜਿੰਨੂ ਚਾਹੇ ਤੇ ਖੋਲਣਾ ਹੈ ਮਲਕ ਜਿਸ ਤੋਂ ਚਾਹੇ ਤੇ ਇੱਜ਼ਤ ਦੇਣਾ ਜਿੰਨੂ ਚਾਹੇ ਤੇ ਬੇਇੱਜ਼ਤ ਕਰਨਾ ਜਿਸਨੂੰ ਚਾਹੇ ਤੇਰੇ ਹੱਥ ਵਿੱਚ ਹੈ ਪਲਿਆਈ ਤੇਰਾ ਜ਼ਰੂਰ ਹਰ ਕਿਸੇ ਉੱਤੇ ਵਾਸ ਹੈ ਤੂੰ ਮਿਲਾ ਦੇਣਾ ਰਾਤ ਨੂੰ ਦਿਨ ਵਿੱਚ ਤੇ ਮਿਲਾ ਦੇਣਾ ਦਿਨ ਨੂੰ ਰਾਤ ਵਿੱਚ ਤੇ ਕੱਢਣਾ ਹੈ ਜਿਉਂਦੇ ਨੂੰ ਮਰਦੇ ਵਿੱਚੋਂ ਤੇ ਕੱਢਣਾ ਹੈ ਮਰਦੇ ਨੂੰ ਜਿਉਂਦੇ ਵਿੱਚੋਂ ਤੇ ਰਿस्क ਦੇਣਾ ਜਿੰਨੂੰ ਚਾਹਵੇਂ ਬੇਸ਼ੁਮਾਰ ਚਾਹੀਦਾ ਏ ਜੋ ਨਾ ਬਨਾਨੀ ਇਮਾਨ ਵਾਲੇ ਬੇਈਮਾਨਾਂ ਨੂੰ ਦੋਸਤ ਸਵਾ ਇਮਾਨ ਵਾਲਿਆਂ ਦੇ ਤੇ ਜਿਹੜਾ ਕਰੇਗਾ ਇਹ ਕੰਮ ਤਾਂ ਉਹ ਅੱਲਾ ਦਾ ਹੀ ਕਰਦਾ ਦੋਸਤ ਨਹੀਂ ਪਰ ਬੱਚਿਆ ਕੋ ਰੋਣੋਂ ਤੋਂ ਕਿਸੇ ਤਰ੍ਹਾਂ ਦਾ ਬਚਾ ਤੇ ਡਰਾਉਂਦਾ ਤੁਹਾਨੂੰ ਅੱਲਾ ਆਪਣੇ ਆਪ ਤੋਂ ਤੇ ਅੱਲਾ ਵਾਲੀ ਜਾਣਾ ਏ ਹਬੀਬ ਤੁਸੀਂ ਆਖੋ ਜੋ ਲਗਾਓਗੇ ਜੋ ਤੁਹਾਡੇ ਦਿਲਾਂ ਵਿੱਚ ਹੈ ਯਾ ਉਸ ਨੂੰ ਜ਼ਾਹਿਰ ਕਰੋਗੇ ਜਾਣਦਾ ਹੈ ਉਹਨੂੰ ਅੱਲਾ ਤੇ ਜਾਣਦਾ ਹੈ ਜੋ ਕੁਝ ਹੈ ਅਸਮਾਨਾਂ ਵਿੱਚ ਤੇ ਜੋ ਜ਼ਮੀਨ ਵਿੱਚ ਹੈ ਕਿ ਅੱਲਾ ਅੱਲਾ ਦਾ ਹਰ ਕਿਸੇ ਉੱਤੇ ਵਾਸ ਚਲਦਾ ਹੈ ਜਿਸ ਦਿਨ ਸਾਹਮਣੇ ਵੇਖ ਲਏਗਾ ਹਰ ਕੋਈ ਜੋ ਨੇਕੀ ਕੀਤੀ ਹੈ ਉਹ ਦਿਨ ਆਉਣ ਵਾਲਾ ਹੈ ਤੇ ਜੋ ਕੀਤੀ ਸੁਭਰਾਈ ਦਿਨੋ ਚਾਹੇਗਾ जो किसी तरह होंगी उस दिन देने आपेगा तहन अल्लाह ते, वीच ते, अल्ला आप तो। ते अल्ला बेगा अल्ला तो अल्ला। तो गुरा थे तो अल्लाह बख्शनार मेहरबान है हबीब आखो आखे लगो अल्लाह ते रसूल दे ਫੇਰ ਜੀ ਮੂੰ ਮੋੜਿਓ ਨੇ ਤਾਂ ਅੱਲਾ ਨੂੰ ਜ਼ਰੂਰ ਨਹੀਂ ਮਾਉਂਦੇ ਬੇਈਮਾਨ ਅੱਲਾ ਨੇ ਜ਼ਰੂਰ ਪਸੰਦ ਕੀਤਾ ਆਦਮ ਤੇ ਨੂਹ ਨੂੰ ਤੇ ਇਬਰਾਹੀਮ ਤੇ ਤਬਰ ਤੇ ਇਮਰਾਨ ਦੇ ਤਬਰ ਨੂੰ ਸਾਰੇ ਜੱਗ ਵਿੱਚੋਂ ਜਣੇ ਜਾਏ ਨੇ ਇੱਕ ਦੂਜੇ ਦੇ ਤੇ ਅੱਲਾ ਸੁਣਦਾ ਜਾਣਦਾ ਹੈ ਜਦ ਆਖਿਆ ਔਰਤ ਇਮਰਾਨ ਦੀ ਨੇ ਮੇਰੇ ਰੱਬਾ ਮੈਂ ਜ਼ਰੂਰ ਨਿਆਜ਼ ਸੁਖੀ ਹੈ ਤੇਰੀ ਜੋ ਮੇਰੇ ਪੇਟ ਵਿੱਚ ਹੈ ਉਨੂੰ ਆਜ਼ਾਦ ਰੱਖੀ ਯਾਨੀ ਕਰ ਦੇ ਕੰਮਾਂ ਆਜ਼ਾਦ ਕਰਕੇ ਸੋ ਕਬੂਲ ਕਰ ਮੈਥੋਂ ਜ਼ਰੂਰ ਤੂੰ ਹੀ ਹੈ ਸੁਣਦਾ ਜਾਣਦਾ ਫਿਰ ਜਾਦੂ ਜਣਿਉ ਸੂ ਅੱਖ ਲਗੀ ਮੇਰਾ ਰੱਬਾ ਮੈਂ ਤੀ ਜੰਮੀ ਹੈ ਤੇ ਅੱਲਾ ਨੂੰ ਖੂਬ ਮਾਲੂਮ ਹੈ ਜੋ ਜਣੇ ਉਸੂ ਤੇ ਨਹੀਂ ਇਹ ਪੁੱਤਰ ਤੀ ਜਿਆ ਤੇ ਮੈਂ ਨਾਮ ਰੱਖਿਆ ਇਹਦਾ ਮਰੀਮ ਤੇ ਮੈਂ ਤੇਰੀ ਪਨਾਹ ਵਿੱਚ ਦੇਨੀ ਆ ਇਹਨੂੰ ਤੇ ਉਹਦੀ ਹਾਲਾਤ ਨੂੰ ਸ਼ੈਤਾਨ ਮਰਦੂਦ ਥੀ ਫੇਰ ਉਹ ਕਬੂਲ ਕੀਤੀ ਉਹ ਦੇ ਰੱਬ ਨੇ ਸੋਹਣੇ ਕਬੂਲ ਨਾਲ ਤੇ ਵਧਾਇਆ ਉਸ ਨੂੰ ਬਦਾਨਾ ਸੋਹਣਾ ਤੇ ਸਰਪ੍ਰਸਤੀ ਵਿੱਚ ਦਿੱਤੀ ਉਹ ਜ਼ਕਰੀਆ ਦੇ ਜਦੋਂ ਕਦੇ ਜਾਂਦਾ ਹੁਜਰੇ ਵੱਲ ਜ਼ਕਰੀਆ ਵੇਖਦਾ ਉਹਦੇ ਕੋਲ ਖਾਣ ਪੀਣ ਦੀਆਂ ਚੀਜ਼ਾਂ ਬੇਬਹਾਰੇ ਮੇਵੇ ਆਖਣ ਲੱਗਾ ਮਰੀਮ ਕਿਥੋਂ ਮਿਲਿਆ ਤੈਨੂੰ ਇਹ ਆਖਣ ਲੱਗੀ ਅੱਲਾਹ ਕੋਲੋਂ ਅੱਲਾਹ ਜ਼ਰੂਰ ਰਿਜ਼ਕ ਦਿੰਦਾ ਹੈ ਜਿਸ ਨੂੰ ਚਾਵੇ ਬੇਸ਼ੁਮਾਰ ਉਹ ਤਾਈ ਦੁਆ ਮੰਗੀ ਜ਼ਕਰੀਆ ਨੇ ਆਪਣੇ ਰੱਬ ਤੋਂ ਆਖੇ ਉਸ ਨੂੰ ਮੇਰੇ ਰੱਬਾ ਦੇ ਮੈਨੂੰ ਆਪਣੇ ਕੋਲੋਂ ਔਲਾਦ ਪਾਕ ਤੂੰ ਜ਼ਰੂਰ ਸੁਣਨ ਵਾਲਾ ਹੈ ਦੁਆ ਦਾ ਫਿਰ ਆਵਾਜ਼ ਦਿੱਤੀ ਉਹਨੂੰ ਫਰਿਸ਼ਤੇ ਨੇ ਜਦੋਂ ਖਲੋਤਾ ਨਮਾਜ਼ ਪੜ ਰਿਹਾ ਸੀ ਮਹਿਰਾਬ ਵਿੱਚ ਭਾਈ ਅੱਲਾ ਜ਼ਰੂਰ ਖੁਸ਼ਖਬਰੀ ਦੇਂਦਾ ਤੈਨੂੰ ਯਾਇਆ ਦੀ ਸੱਚਾ ਆਖੇਗਾ ਅੱਲਾ ਦੀ ਗੱਲ ਨੂੰ ਤੇ ਹੋਏਗਾ ਸਰਦਾਰ ਤੇ ਜਤੀ ਸਤੀ ਤੇ ਪੈਗੰਬਰ ਭਲੇ ਲੋਕਾਂ ਵਿੱਚ ਆਖਣ ਲਗਾ ਮੇਰੇ ਰੱਬਾ ਕਿੱਥੋਂ ਹੋਵੇਗਾ ਮੇਰੇ ਘਰ ਪੁੱਤਰ ਆ ਗਿਆ ਮੇਰੇ ਤੇ ਬੜਾ ਪਾ ਤੇ ਔਰਤ ਮੇਰੀ ਸੰਡੇ فرمایا ਐਸੇ ਤਰ੍ਹਾਂ ਅੱਲਾ ਕਰਦਾ ਹੈ ਜੋ ਚਾਵੇ ਆਖਣ ਲਗਾ ਮੇਰੇ ਰੱਬਾ ਰੱਖ ਮੇਰੇ ਲਈ ਕੋਈ ਨਿਸ਼ਾਨੀ فرمایا ਨਿਸ਼ਾਨੀ ਤੇਰੇ ਲਈ ਇਹ ਵੇ ਤੂੰ ਗੱਲ ਨਾ ਕਰ ਸਕੇਗਾ ਲੋਕਾਂ ਨਾਲ ਤਿੰਨ ਦਿਨ ਪਰ ਸਹਿਨਤ ਨਾਲ ਤੇ ਯਾਦ ਕਰ ਰੱਬ ਆਪਣੇ ਨੂੰ ਬਹੁਤ ਤੇ ਸੁਭਾਨ ਅੱਲਾ ਆਖ ਲੋੜੇ ਵੇਲੇ ਤੇ ਵੱਡੇ ਵੇਲੇ ਜਦ ਆਖਿਆ ਫਰਿਸ਼ਤਿਆਂ ਨੇ اے ਮਰੀਮ ਅੱਲਾਹ ਨੇ ਜ਼ਰੂਰ ਪਸੰਦ ਕੀਤਾ ਤੈਨੂੰ ਤੇ پاک ਕੀਤਾ ਤੈਨੂੰ ਤੇ ਪਸੰਦ ਕੀਤਾ ਤੈਨੂੰ ਸਾਰੇ ਜਾਨ ਦੀਆਂ ਔਰਤਾਂ ਵਿੱਚੋਂ اے ਮਰੀਮ ਬੰਦਗੀ ਕਰ ਆਪਣੇ ਰੱਬ ਦੀ ਤੇ ਸਜਦਾ ਕਰ ਤੇ ਨਮਾਜ਼ ਪੜ ਨਾਲ ਨਮਾਜ਼ੀਆਂ ਦੇ ਹਬੀਰ ਇਹ ਹੀ ਗੈਬ ਦੀਆਂ ਖਬਰਾਂ ਵਿੱਚੋਂ ਅਸੀਂ ਇਹ ਪੇਜਨੇ ਆ ਤੇਰੇ ਵੱਲ ਤੇ ਨਹੀਂ ਤੂੰ ਕੋਲ ਉਹਨਾਂ ਦੇ ਜਦ ਸੁਟਦੇ ਸਨ ਕਲਮਾ ਆਪਣੀਆਂ ਕੁਰਾਨ ਦਾ ਅਦੀ ਲਈ ਭਾਈ ਕਿਹੜਾ ਇਹਨਾਂ ਵਿੱਚੋਂ ਪਾਲੇ ਮਰੀਮ ਨੂੰ ਤੇ ਨਹੀਂ ਸ ਤੂੰ ਕੋਲ ਉਹਨਾਂ ਦੇ ਚਦ ਝਗੜਦੇ ਸਨ ਜਦ ਆਖਿਆ ਫਰਿਸ਼ਤਿਆਂ ਨੇ ਇਹ ਮਰੀਮ ਅੱਲਾ ਜ਼ਰੂਰ ਖੁਸ਼ਖਬਰੀ ਦੇਂਦਾ ਤੈਨੂੰ ਇੱਕ ਗੱਲ ਦੀ ਆਪਣੇ ਵੱਲੋ ਜਿਸ ਦਾ ਨਾਮ ਹੈ ਮਸੀਹ ঈਸਾ ਪੁੱਤਰ ਮਰੀਮ ਦਾ ਰੁਤਬੇ ਵਾਲਾ ਦੁਨੀਆਂ ਤੇ ਆਖਰਤ ਵਿੱਚ ਅੱਲਾ ਦੇ ਨੇੜੇ ਪਹੁੰਚਿਆ ਹੋਇਆ ਵਿੱਚੋਂ ਤੇ ਗੱਲਾਂ ਕਰੇਗਾ ਲੋਕਾਂ ਨਾਲ ਪੰਗੂੜੇ ਵਿੱਚ ਤੇ ਵੱਡੀ ਉਮਰ ਦਾ ਹੋਵੇ ਤੇ ਭਲੇ ਰੋਕਾਂ ਵਿੱਚ ਹੋਏ ਆਖੜ ਲਗੀ ਮੇਰੇ ਰੱਬਾ ਕਿੱਥੋਂ ਹੋਵੇਗਾ ਮੇਰੇ ਘਰ ਪੁੱਤਰ ਨਹੀਂ ਹੱਥ ਲਾਇਆ ਮੈਨੂੰ ਕਿਸੇ ਮਰਦ ਨੇ فرمایا ਐਸੀ ਤਰ੍ਹਾਂ ਅੱਲਾ ਪੈਦਾ ਕਰਦਾ ਜੋ ਚਾਵੇ ਜਦ ਚਾਹਦਾ ਕੋਈ ਕਾਹੂ ਤਾਂ ਨੀਰੀ ਇਤਨੀ ਗਾਲ ਆਖਦਾ ਉਹਨੂੰ ਭਾਈ ਪੈਦਾ ਹੋ ਜਾ ਫਿਰ ਉਹ ਹੋ ਜਾਂਦਾ ਤੇ ਸਿਖਾਏਗਾ ਉਹਨੂੰ ਕਿਤਾਬ ਤੇ ਦਾ ਨਾਈ ਤੇ ਤੌਰਾਤ ਤੇ ਇੰਜੀਲ ਤੇ ਤੇ ਗੰਬਰ ਹੋਵੇਗਾ ਬਣੀ ਇਸرائیਲ ਵੱਲ ਇੰਜ ਆਖੇਗਾ ਮੈਂ ਜ਼ਰੂਰ ਲਿਆ ਤੁਹਾਡੇ ਕੋਲ ਨਿਸ਼ਾਨੀ ਤੁਹਾਡੇ ਰੱਬ ਕੋਲੋਂ ਇਹ ਜੋ ਮੈਂ ਜ਼ਰੂਰ ਬਣਾਣਾ ਤੁਹਾਡੇ ਲਈ ਗਾਰੇ ਦਾ ਪਖੇਰੂ ਦੀ ਸ਼ਕਲ ਵਾਂਗੂ ਫਿਰ ਫੂਕ ਮਾਰਨਾ ਉਸ ਵਿੱਚ ਹਿਰ ਹੋ ਜਾਏਗਾ ਪਖੇਰੂ ਅੱਲਾ ਦੇ ਹੁਕਮ ਨਾਲ ਤੇ ਚੰਗੇ ਕਰ ਦੇਣਾ ਜਮਾਨ ਦਰੂ ਅੰਨੇ ਤੇ ਕੋੜੇ ਨੂੰ ਤੂੰ ਜਵਾਦ ਦੇਣਾ ਮਰਦੇ ਅੱਲਾ ਦੇ ਹੁਕਮ ਨਾਲ ਅੱਲਾ ਦੇ ਹੁਕਮ ਨਾਲ ਇਹ ਇੱਕੋ ਗੱਲ ਦੂਜੀ ਵਾਰੀ ਇਸ ਵਾਸਤੇ ਆਖੀ ਏ ਤਾਂ ਕੋਈ ਉਹਨੂੰ ਖੁਦਾ ਨਾ ਸਮਝ ਲੈ ਤੇ ਦੱਸ ਦੇਣਾ ਤੁਹਾਨੂੰ ਜੋ ਖਾਂਦੇ ਹੋ ਤੇ ਜੋ ਜ਼ਖੀਰਾ ਕਰਦੇ ਹੋ ਆਪਣੇ ਘਰਾਂ ਵਿੱਚ ਇਸ ਵਿੱਚ ਜ਼ਰੂਰ ਹੈ ਨਿਸ਼ਾਨੀ ਤੁਸਾਂ ਲਈ ਜੇ ਤੁਸੀਂ ਮੰਨਣ ਵਾਲਿਓ ਤੇ ਸੱਚਾ ਆਖਦਾ ਆਪਣੇ ਤੋਂ ਅੱਗੇ ਦੀ ਤੌਰਾਤ ਨੂੰ ਜੋ ਮੈਂ ਹਲਾਲ ਕਰਾਂ ਤੁਸਾਂ ਲਈ ਬਾਜੀ ਚੀਜ਼ ਜੋ ਹਰਾਮ ਹੋਈ ਏ ਤੁਸਾਂ ਹੁੰਤੇ ਇੱਲੇ ਆਇਆ ਮੈਂ ਤੁਸਾਂ ਕੋਲ ਨਿਸ਼ਾਨੀ ਤੁਹਾਡੇ ਰੱਬ ਕੋਲੋਂ ਸੋ ਡਰੋ ਅੱਲਾਹ ਤੋਂ ਤੇ ਆਖੇ ਆਖੇ ਲੱਗੋ ਮੇਰੇ ਜ਼ਰੂਰ ਅੱਲਾਹ ਹੈ ਰੱਬ ਮੇਰਾ ਤੇ ਰੱਬ ਤੁਹਾਡਾ ਇਬਾਦਤ ਕਰੋ ਦੀ ਇਹ ਰਾਹ ਹੈ ਸਿੱਧਾ ਫਿਰ ਜਦ ਮਾਲੂਮ ਕੀਤਾ ঈਸਾ ਨੇ ਉਹਨਾਂ ਦਾ ਨਾਮ ਮੰਨਣਾ ਆਖਣ ਲਗਾ ਕੌਣ ਨੇ ਮਦਦਗਾਰ ਮੇਰੇ ਅੱਲਾਹ ਦੇ ਰਾਹ ਵਿੱਚ ਆਖਿਆ ਹਵਾਰੀਆਂ ਨੇ ਅਸੀਂ ਹੈ ਮਦਦਗਾਰ ਅੱਲਾਹ ਦੇ ਅਸਾਂ ਮੰਨਿਆ ਅੱਲਾਹ ਨੂੰ ਕਿ ਤੂੰ ਗਵਾਹ ਹੈ جے اسی ਮੰਨਣ ਵਾਲੇ ਆ ਸਾਡੇ ਰੱਬਾ ਅਸਾਂ ਮੰਨਿਆ ਜੋ ਉਤਾਰਿਆ ਕਿਤਾਬੇਦਾਰ ਹੋਏ ਆ ਪੈਗੰਬਰ ਦੇ ਸੋ ਲਿਖ ਰੱਖ ਨਾਮ ਸਾਡਾ ਮੰਨਣ ਵਾਲਿਆਂ ਵਿੱਚ ਤੇ ਦਾਹ ਖੇੜਿਓ ਨੇ ਬਣੀ ਇਸਾਈਲ ਨੇ ਤੇ ਦਾਹ ਖੇੜਿਆ ਅੱਲਾ ਨੇ ਵੀ ਤੇ ਅੱਲਾ ਦਾ ਦਾਹ ਪੱਕਾ ਹੈ ਸਭ ਦਾਹ ਕਰਨ ਵਾਲਿਆਂ ਤੋਂ ਜਦ ਆਖਿਆ ਅੱਲਾ ਨੇ اے ਈਸਾ ਮੈਂ ਤੈਨੂੰ ਪੂਰਾ ਕਰਨਾ ਹੈ ਯਾਨੀ ਤੇਰੀ ਉਮਰ ਨੂੰ ਪੂਰਾ ਕਰਨਾ ਹੈ ਅਗੇ ਤੇਰਾ ਕੋਈ ਤੈਨੂੰ ਮਾਰ ਨਾ ਸਕੇਗਾ ਤੇ ਚੁੱਕ ਲੈਣਾ ਹੈ ਆਪਣੇ ਵੱਲ ਤੇ ਤੈਨੂੰ پاک ਕਰਨਾ ਹੈ ਹਮਸਾਗਤੀ ਬੇਈਮਾਨਾਂ ਦੀ ਤੋਂ ਤੇ ਕਰ ਦੇਣਾ ਹੈ ਤੇਰੇ ਤਾਬੇਦਾਰਾਂ ਨੂੰ ਗਾਲਿਬ ਉੱਤੇ ਬੇਈਮਾਨਾਂ ਦੇ ਦਿਨ ਕਿਆਮਤ ਤੱਕ ਫਿਰ ਮੇਰੇ ਵਾਲੇ ਮੋੜਾ ਹੋਣਾ ਤੁਹਾਡਾ ਫਿਰ ਮੈਂ ਫੈਸਲਾ ਕਰਾਂਗਾ ਤੁਸਾਂ ਵਿੱਚ ਜਿਸ ਗੱਲ ਵਿੱਚ ਤੁਸੀਂ ਝਗੜਦੇ ਸੋ ਫਿਰ ਜਿਹੜੇ ਤੇ ਬੇਈਮਾਨ ਹੋਏ ਉਹਨਾਂ ਨੂੰ ਮਾਰਾਂਗਾ ਸਖਤ ਮਾਰ ਦੁਨੀਆ ਤੇ ਆਖਰਤ ਵਿੱਚ ਤੇ ਨਹੀਂ ਉਹਨਾਂ ਦਾ ਕੋਈ ਮਦਦਗਾਰ ਤਿੰਨਾ ਹੋਵੇਗਾ ਤੇ ਜਿਹੜੇ ਇਮਾਨਦਾਰ ਬਣੇ ਤੇ ਕੀਤੀਆਂ ਨੇ ਪਲਾਈਆਂ ਉਹਨਾਂ ਨੂੰ ਪੂਰੇ ਦੇਗਾ ਸਵਾਬ ਉਹਨਾਂ ਦੇ ਤੇ ਅੱਲਾ ਨੂੰ ਨਹੀਂ ਪਾਉਂਦੇ ਜ਼ਾਲਿਮ ਇਹ ਨਇਅਤਾਂ ਤੇ ਨਸੀਹਤ ਪੱਕੀ ਜੋ ਅਸੀਂ ਪੜ੍ਹਨੇ ਹਤੇ ਰਹਿਗੇ ਹਾਲ ਹੀ ਸਾਦਾ ਅੱਲਾ ਕੋਲ ਜ਼ਰੂਰ ਆਦਮ ਦੇ ਹਾਲ ਬੰਗੂ ਏ ਬਣਾਇਆ ਉਹਨੂੰ ਮਿੱਟੀ ਦਾ ਫਿਰ ਆਖਿਆ ਉਹਨੂੰ ਆਦਮੀ ਹੋ ਜਾ ਫਿਰ ਹੋ ਗਿਆ ਇਹ ਠੀਕ ਗੱਲ ਏ ਤੇਰੇ ਰੱਬ ਵੱਲੋਂ ਫੇਰ ਨਾ ਹੋ ਤੂੰ ਸ਼ੱਕ ਕਰਨ ਵਾਲਿਆਂ ਵਿੱਚ ਫੇਰ ਜਿਹੜਾ ਝਗੜੇ ਤੇਰੇ ਨਾਲ ਉਹਦੇ ਹਾਲ ਵਿੱਚ ਪਿੱਛੇ ਉਹ ਸਿਲਮ ਦੇ ਵਿੱਚ ਪਹੁੰਚ ਚੁਕੇ ਤੈਨੂੰ ਤਾਂ ਤੂੰ ਆਖ ਆਓ ਅਸੀਂ ਸਾਦਨੇ ਆਂ ਪੁੱਤਰਾ ਆਪਣੇ ਤੇ ਪੁੱਤਰਾ ਤੁਹਾਡਿਆਂ ਨੂੰ ਤੇ ਔਰਤਾਂ ਆਪਣੀਆਂ ਤੇ ਔਰਤਾਂ ਤੁਹਾਡਿਆਂ ਨੂੰ ਤੇ ਜਾਨਾਂ ਆਪਣੀਆਂ ਤੇ ਜਾਨਾਂ ਤੁਹਾਡਿਆਂ ਨੂੰ ਫੇਰ ਦੁਆ ਮੰਗੀਏ ਤੇ ਲੰਨ੍ਹ ਪਾਈ ਅੱਲਾਹ ਦੀ ਝੂਠਿਆਂ ਉੱਤੇ ਜ਼ਰੂਰੀ ਇਹੋ ਹੀ ਬਿਆਨ ਸੱਚਾ ਤੇ ਕੋਈ ਨਹੀਂ ਲਾਇਕ ਬਾਦਤ ਬਾਜ ਅੱਲਾ ਦੇ ਤੇ ਜ਼ਰੂਰ ਹੀ ਅੱਲਾ ਹੈ ਜ਼ੋਰ ਆਵਰ ਹਕਮਤ ਵਾਲਾ ਫੇਰ ਜੇ ਮੂੰਹ ਮੋੜਨ ਤਾਹ ਅੱਲਾ ਜ਼ਰੂਰ ਜਾਣਦਾ ਹੈ ਫਸਾਦੀਆਂ ਨੂੰ ਤੂੰ ਆਹ ਇਹ ਕਿਤਾਬ ਵਾਲਿਓ ਆਓ ਇੱਕ ਗੱਲ ਵੱਲ ਜੋ ਬਰਾਬਰ ਹੈ ਸਾਡੇ ਤੇ ਤੁਹਾਡੇ ਵਿੱਚ ਯਾਨੀ ਦੋਹਾਂ ਦੀ ਮੰਨੀ ਪਰਵੰਨੀ ਹੋਈ ਹੈ ਇਹ ਜੋ ਨਾ ਪੂਜੀ ਅਸੀਂ ਸਵਾਹ ਅੱਲਾ ਦੇ ਤੇ ਨਾ ਬਰਾਬਰ ਕਰੀ ਉਸ ਨਾਲ ਕਿਸੇ ਚੀਜ਼ ਨੂੰ ਤੇ ਰੱਬ ਨਾ ਬਣਾਏ ਕੋਈ ਸਾਡੇ ਵਿੱਚੋਂ ਕਿਸੇ ਨੂੰ ਸਵਾ ਅੱਲਾ ਦੇ ਫੇਰ ਜੀ ਮੂੰਹ ਮੋੜਿਓ ਨੇ ਤਾਂ ਆਖੋ ਪਈ ਗਵਾ ਰਹੋ ਜੇ ਅਸੀਂ ਫਰਮਾਨ ਬਰدار ਆਂ ਮੁਸਲਮਾਨ ਇਹ ਕਿਤਾਬ ਵਾਲਿਓ ਕਿਉਂ ਝਗੜਦੇ ਹੋ ਇਬਰਾਹੀਮ ਦੇ ਹੱਥ ਵਿੱਚ ਤੇ ਨਹੀਂ ਉਤਰੀ ਤੌਰਾਤ ਤੇ انجیل ਪਰ ਪਿੱਛੇ ਹੋਦੇ ਕਿਉਂ ਫੇਰ ਅਕਲ ਨਹੀਂ ਕਰਦੇ ਹੋ ਯਹੂਦੀਆਂ ਤੇ ਨਸਰਾਨੀਆਂ ਦਾ ਇੱਕ ਇਹ ਵੀ ਝਗੜਾ ਸੀ ਜੋ ਹਾਰੀ ਕਾਗਜ਼ਾ ਸੀ ਪਈ ਹਜ਼ਰਤ ਇਬਰਾਹਿਮ ਅਲੈਹਿਸਲਾਮ ਸਾਡੇ ਹੀ ਦਿਨ ਉਤੇ ਸਨ ਹਾਲਾਂਕਿ ਉਸ ਵੇਲੇ ਤੱਕ ਨਾ ਤੌਰਾਤ ਉਤਰੀ ਸੀ ਤੇ ਨਾ ਇنجਿਲ ਸੁਣਦੇ ਹੋ ਤੁਸੀਂ ਅਜੇ ਲੋਕ ਉਹ ਜੋ ਝਗੜਾ ਕੀਤਾ ਜੇ ਉਸ ਗੱਲ ਵਿੱਚ ਜਿਸ ਦੀ ਤੁਸਾਨੂੰ ਖਬਰ ਹੈ ਫਿਰ ਕਿਉਂ ਝਗੜਦੇ ਹੋ ਉਸ ਗੱਲ ਵਿੱਚ ਜਿਸ ਦੀ ਤੁਹਾਨੂੰ ਖਬਰ ਨਹੀਂ ਤੇ ਅੱਲਾ ਜਾਣਦਾ ਹੈ ਤੇ ਤੁਸੀਂ ਨਹੀਂ ਜਾਣਦੇ ਨਹੀਂ ਸੀ ਇਬਰਾਹਿਮ ਯਹੂਦੀ ਤੇ ਨਾਨਸਰਾਨੀ ਪਰ ਇੱਕ ਸੱਚਾ ਮੁਸਲਮਾਨ ਸੀ ਤੇ ਨਹੀਂ ਸੀ ਸ਼ਰਕ ਕਰਨ ਵਾਲਿਆਂ ਵਿੱਚੋਂ ਸਾਰੇ ਲੋਕਾਂ ਵਿੱਚੋਂ ਵਧੇਰੇ ਨੇੜੇ ਉਹ ਇਬਰਾਹੀਮ ਨੂੰ ਜਰੂਰੀ ਉਹ ਨੇ ਜਿੰਨਾ ਉਹਦੀ ਤਾਬੇਦਾਰੀ ਕੀਤੀ ਸੀ ਤੇ ਹੁਣ ਸਾਡੇ ਹਬੀਬ ਦੇ ਜਿਹੜੇ ਇਮਾਨਦਾਰ ਨੇ ਉਹ ਉਹਦੀ ਤਾਬੇਦਾਰ ਨੇ ਤੇ ਅੱਲਾਹ ਕੰਮ ਬਣਾਉਣੇ ਵਾਲਾ ਹੈ ਇਮਾਨ ਵਾਲਿਆਂ ਦਾ اے ਇਮਾਨ ਵਾਲਿਓ ਦਿਲੋਂ ਚਾਹਿਆ ਇਕਨਾ ਨੇ ਕਿਤਾਬ ਵਾਲਿਆਂ થી ਜੋ راہ ਭੁਲਾ ਦੇਣ ਤੁਹਾਨੂੰ ਤੇ ਨਹੀਂ ਰਹੋ ਪੁਲਾੰਦੇ ਸਵਾ ਆਪਣੇ ਆਪ ਦੇ ਪਰ ਨਹੀਂ ਸਮਝਦੇ ਇਹ ਕਿਤਾਬ ਵਾਲਿਓ ਕਿਉਂ ਨਹੀਂ ਮੰਨਦੇ ਆ ਤਾਂ ਅੱਲਾ ਦੀਆਂ ਨਾਲੇ ਤੁਸੀਂ ਖੁਦ ਇਕਰਾਰ ਕਰਦੇ ਹੋ ਤੇ ਗਵਾਹੀ ਦਿੰਦੇ ਹੋ ਇਹ ਕਿਤਾਬ ਵਾਲਿਓ ਕਿਉਂ ਰਲਾਂਦੇ ਹੋ ਸੱਚ ਵਿੱਚ ਝੂਠ ਨੂੰ ਤੇ ਕਿਉਂ ਲੁਕਾਂਦੇ ਹੋ ਸੱਚ ਨੂੰ ਨਾਲੇ ਤੁਸੀਂ ਜਾਣਦੇ ਵੀ ਹੋ ਤੇ ਆਖਿਆ ਇੱਕ ਨਾ ਨਹੀਂ ਕਿਤਾਬ ਵਾਲਿਆਂ ਥੀ ਮੰਨ ਲਓ ਜੋ ਉੱਤੇ ਆਇਮਾਨ ਵਾਲਿਆਂ ਉੱਤੇ ਪਹਿਲੇ ਪੈਰ ਰੰਦੇ ਤੇ ਫਿਰ ਫਿਰ ਜਾਓ ਪਿਛਲੇ ਪੈਰ ਇੰਜ ਸ਼ਾਇਦ ਮੁਸਲਮਾਨ ਵੀ ਫਿਰ ਜਾਣ ਨਾਲੇ ਆਖਦੇ ਨੇ ਆਪੇ ਵਿੱਚ ਯਕੀਨ ਨਾ ਕਰੋ ਪਰ ਉਸੇ ਦੀ ਗੱਲ ਦਾ ਜਿਹੜਾ ਤੁਹਾਡਾ ਮذਬ ਹੈ ਹਬੀਬ ਤੁਸੀਂ ਆਖੋ ਅਸਲ ਵਿੱਚ ਰਾਹ ਅੱਲਾ ਹੀ ਪਾਉਂਦਾ ਹੈ ਇਸ ਵਾਸਤੇ ਜੋ ਮਿਲਦਾ ਹੈ ਕਿਸੇ ਨੂੰ ਜਾਂ ਕੁਝ ਮਿਲਿਆ ਸੀ ਤੁਹਾਨੂੰ ਉਸੇ ਹੀ ਦੀ ਦੇਣ ਜਾਂ ਇਹ ਜੇ ਦੂਜਿਆਂ ਨੂੰ ਤੁਹਾਡੇ ਰੱਬ ਦੇ ਹਜ਼ੂਰ ਪੇਸ਼ ਕਰਨ ਲਈ ਤੁਹਾਡੇ ਖਿਲਾਫ ਕੋਈ ਮਜ਼ਬੂਤ ਹੁਜਤ ਮਿਲ ਜਾਏ ਹਬੀਬ ਤੁਸੀਂ ਆਖੋ ਫਜ਼ਲ ਜ਼ਰੂਰ ਅੱਲਾ ਦੇ ਹੱਥ ਵਿੱਚ ਹੈ ਦਿੰਦਾ ਹੈ ਫਜ਼ਲ ਜਿੰਨੂੰ ਚਾਵੇ ਤੇ ਅੱਲਾ ਬਹੁਤ ਗਿਆਨਨ ਵਾਲਾ ਹੈ ਜਿਨੂੰ ਲੈਂਦਾ ਹੈ ਆਪਣੀ ਮਿਹਰ ਲਈ ਜਿੰਨੂੰ ਚਾਹੇ ਤੇ ਅੱਲਾ ਬੜੇ ਫਜ਼ਲਬਾਲਾ ਹੈ ਤੇ ਕਿਤਾਬ ਆਜਾ ਵਿੱਚੋਂ ਉਹ ਵੀ ਹੈ ਜੇ ਅਮਾਨਤ ਰੱਖੇ ਤੂੰ ਉਹਦੇ ਕੋਲ ਢੇਰ ਮਾਲਦਾ ਅਦਾ ਕਰੇ ਉਸ ਨੂੰ ਤੇਰੇ ਵੱਲ ਤੇ ਉਹਨਾਂ ਵਿੱਚੋਂ ਉਹ ਵੀ ਇਹ ਜਮਾਨਤ ਰੱਖੇ ਉਹਦੇ ਕੋਲ ਇੱਕ ਦਿਨਾਰ ਨਾ ਅਦਾ ਕਰੇ ਉਸ ਨੂੰ ਤੇਰੇ ਵੱਲ ਪਰ ਜਦ ਤੱਕ ਰਹੇ ਉਹਦੇ ਸਿਰ ਉੱਤੇ ਸਵਾਰ ਇਹ ਇਸਬਬ ਨਾਲ ਜੋ ਉਹਨਾਂ ਨੇ ਆਖ ਰੱਖਿਆ ਹੈ ਨਹੀਂ ਸਾਡੇ ਸਿਰ ਅਨਪੜਿਆਂ ਯਾਨੀ ਗੈਰ ਯਹੂਦੀਆਂ ਦਾ ਹੱਕ ਤਬਾਹ ਜਾਉਣ ਵਿੱਚ ਕੁਝ ਗੁਨਾਹ ਤੇ ਆਖਦੇ ਨੇ ਅੱਲਾ ਉੱਤੇ ਝੂਠ ਜਾਣਦੇ ਆ ਬੁੱਝਦੇ ਆਖਰ ਕਿਉਂ ਨਹੀਂ ਉਹਨਾਂ ਕੋਲ ਪੁੱਛੋ ਨਹੀਂ ਜਿਨ੍ਹਾਂ ਨੇ ਬਾਇਆ ਇਕਰਾਰ ਆਪਣਾ ਤੇ بچਿਆ ਤਾਂ ਅੱਲਾਹ ਨੂੰ ਜ਼ਰੂਰ ਪਿਆਰੇ ਲੱਗਦੇ ਨੇ ਬਚਣ ਵਾਲੇ ਰੇ ਉਹ ਲੋਕ ਜਿਹੜੇ ਵੇਚਦੇ ਨੇ ਅੱਲਾਹ ਦੀ ਐਧ ਤੇ ਆਪਣੀਆਂ ਕਸਮਾਂ ਨੂੰ ਥੋੜੀ ਕੀਮਤ ਨਾਲ ਜ਼ਰੂਰ ਉਹੋ ਨੇ ਜਿਨ੍ਹਾਂ ਦਾ ਕੁਝ ਹਿੱਸਾ ਨਹੀਂ ਆਖਰਤ ਵਿੱਚ ਕਿ ਨਾ ਗੱਲ ਕਰੇਗਾ ਉਹਨਾਂ ਦਾ ਲੱਲਾ ਤੇ ਨਾ ਵੇਖੇਗਾ ਉਹਨਾਂ ਵਾਲਦਿਨ ਕਿਆਮਤ ਦੇ ਕਿ ਨਾ ਪਾਕ ਕਰੇਗਾ ਉਹਨਾਂ ਨੂੰ ਤੇ ਉਹਨਾਂ ਨੂੰ ਦੁੱਖ ਦੀ ਮਾਰ ਏ ਤੇ ਜ਼ਰੂਰ ਹੈ ਉਹਨਾਂ ਵਿੱਚੋਂ ਇੱਕ ਲੋਕ ਨੇ ਜੋ ਵੱਲ ਪਾੰਦੇ ਨੇ ਜ਼ਬਾਨਾ ਆਪਣੀਆਂ ਨੂੰ ਕਿਤਾਬ ਪੜਨ ਲੱਗਿਆਂ ਤਾਂ ਤੁਸੀਂ ਜਾਣੋ ਜੇ ਜੋ ਕੁਝ ਉਹ ਪੜਦੇ ਨੇ ਉਹ ਕਿਤਾਬ ਵਿੱਚੋਂ ਹੀ ਪੜਦੇ ਨੇ ਤੇ ਨਹੀਂ ਉਹ ਕਿਤਾਬ ਵਿੱਚੋਂ ਤੇ ਆਖਦੇ ਨੇ ਇਹ ਅੱਲਾਹ ਕੋਲੋਂ ਹੈ ਤੇ ਨਹੀਂ ਉਹ ਅੱਲਾਹ ਕੋਲੋਂ ਤੇ ਆਖਦੇ ਨੇ ਅੱਲਾਹ ਉੱਤੇ ਝੂਠ ਜਾਣਦੇ ਬੁੱਝਦੇ ਕਿਸੇ ਬੰਦੇ ਦਾ ਇਹ ਕੰਮ ਨਹੀਂ ਜੋ ਦੇ ਉਹਨੂੰ ਅੱਲਾਹ ਕਿਤਾਬ ਤੇ ਹੁਕਮ ਤੇ ਪੈਗੰਬਰੀ फेर ਉਹ ਆਖੇ ਲੋਕਾਂ ਨੂੰ ਹੋ ਜਾਓ ਮੇਰੇ ਬੰਦੇ ਸਵਾ ਅੱਲਾ ਦੇ ਪਰ ਆਖਦਾ ਹੈ ਹੋ ਜਾਓ ਰੱਬ ਵਾਲੇ ਜਿੰਜੀ ਕਿਤਾਬ ਦੀ تعلیم ਦਾ ਤਕਾਜ਼ਾ ਹੈ ਜਿਸ ਨੂੰ ਪੜਦੇ ਪੜਾਂਦੇ ਹੋ ਤੇ ਨਾ ਹੁਕਮ ਕਰੇਗਾ ਤੁਹਾਨੂੰ ਪਈ ਰੱਬ ਬਣਾਓ ਫਰਿਸ਼ਤਿਆਂ ਤੇ ਪੈਗੰਬਰਾਂ ਨੂੰ ਪਰ ਆ ਹੁਕਮ ਕਰੇਗਾ ਤੁਹਾਨੂੰ ਬੇਈਮਾਨ ਬਣਾਉਂਦਾ ਪਿੱਛੇ ਇਸ ਦੇ ਜਦ ਤੁਸੀਂ ਮੁਸਲਮਾਨ ਹੋ ਤੇ ਜਦ ਲਿਆ ਅੱਲਾ ਨੇ ਇਕਰਾਰ ਪੈਗੰਬਰਾਂ ਦਾ ਪਈ ਜੋ ਦਿਆਂਗਾ ਮੈਂ ਤੁਹਾਨੂੰ ਕਿਤਾਬ ਤੇ ਇਲਮ ਫਿਰ ਆਵੇ ਤੁਹਾਡੇ ਕੋਲ ਪੈਗੰਬਰ ਸੱਚਾ ਆਖਦਾ ਤੁਹਾਡੇ ਕੋਲ ਦੀ ਨੂੰ ਜ਼ਰੂਰ ਤੁਸੀਂ ਮੰਨਣਾ ਉਹਨੂੰ ਤੇ ਮਦਦ ਦੇਣਾ ਉਹਨੂੰ ਅੱਲਾ ਫਰਮਾਇਆ ਭਲਾ ਇਕਰਾਰ ਕੀਤਾ ਜੇ ਤੇ ਕਬੂਲ ਕੀਤਾ ਜੇ ਸ਼ਰਤ ਉੱਤੇ ਇਕਰਾਰ ਮੇਰਾ ਆਖਿਓ ਨੇ ਅਸੀਂ ਇਕਰਾਰ ਕੀਤਾ ਹੈ ਫਰਮਾਇਆ ਤੂੰ ਗਵਾ ਰੋ ਤੇ ਮੈਂ ਵੀ ਤੁਹਾਡੇ ਨਾਲ ਗਵਾ ਵਿਚੋਂ ਆ ਫਿਰ ਜਿਹਨੇ ਮੂੰਹ ਮੋੜਿਆ ਪਿੱਛੇ ਇਸ ਦੇ ਤਾਂ ਉਹ ਹੀ ਨੇ ਬੇਫਰਮਾਨ ਭਲਾ ਹੁਣ ਸਵਾਦੀਨ ਅੱਲਾ ਦੇ ਹੋਰ ਦਿਨ ਢੂੰਡਦੇ ਨੇ ਹਾਲਾਂਕਿ ਉਸੇ ਦੇ ਤਾਬੇ ਹੈ ਜੋ ਕੋਈ ਆਸਮਾਨਾਂ ਤੇ ਜ਼ਮੀਨ ਵਿੱਚ ਖੁਸ਼ੀ ਨਾਲ ਤੇ ਭਾਵੇਂ ਜ਼ੋਰ ਨਾਲ ਤੇ ਉਸੇ ਹੀ ਵੱਲ ਮੋੜੇ ਜਾਣਗੇ ਤੂੰ ਆਖ ਹੈ ਹਬੀਬ ਅਸਾਂ ਮੰਨਿਆ ਅੱਲਾ ਨੂੰ ਤੇ ਜੋ ਉਤਰਿਆ ਸਾਡੇ ਉੱਤੇ ਤੇ ਜੋ ਉਤਰਿਆ ਇਬਰਾਹੀਮ ਤੇ ਇਸਮਾਈਲ ਤੇ ਇਸਹਾਕ ਤੇ ਯਾਕੂਬ ਤੇ ਉਹਦੀ ਔਲਾਦ ਉੱਤੇ ਤੇ ਜੋ ਮਿਲਿਆ ਮੂਸਾ ਤੇ ঈਸਾ ਨੂੰ ਤੇ ਹੋਰ ਪੈਗੰਬਰਾਂ ਨੂੰ ਉਹਦੇ ਰੱਬ ਵੱਲੋਂ ਅਸੀਂ ਵੇਰਵਾ ਨਹੀਂ ਕਰਦੇ ਕਿਸੇ ਵਿੱਚ ਉਹਨਾਂ ਥੀ ਤੇ ਅਸੀਂ ਉਸੇ ਹੀ ਦੇ ਫਰਮਾਨਬਰਦਾਰ ਆ ਤੇ ਜਿਹੜਾ ਢੂੰਡੇਗਾ ਸਵਾ ਮੁਸਲਮਾਨੀ ਦੇ ਹੋਰ ਦੀਨ ਤਾਂ ਉਹਦੇ ਤੋਂ ਕਬੂਲ ਹੀ ਨਹੀਂ ਹੋਣਾ ਤੇ ਉਹ ਆਖਰਤ ਵਿੱਚ ਘਾਟੇ ਵਾਲਿਆਂ ਵਿੱਚੋਂ ਹੈ ਕੀ ਕਰ ਪਾਏ ਰਾ ਅੱਲਾ ਉਹਨਾਂ ਲੋਕਾਂ ਨੂੰ ਜੋ ਫਿਰ ਗਏ ਪਿੱਛੇ ਬੰਨਣ ਦੇ ਹਾਲਾਂਕਿ ਗਵਾਹੀ ਦੇ ਚੁੱਕੇ ਸਨ ਭਈ ਪੈਗੰਬਰ ਜ਼ਰੂਰ ਸੱਚੇ ਨਾਲੇ ਪਹੁੰਚ ਚੁੱਕੀਆਂ ਉਹਨਾਂ ਨੂੰ ਨਿਸ਼ਾਨੀਆਂ ਸਾਫ਼ ਤੇ ਅੱਲਾ ਨਹੀਂ ਰਾ ਪਾਉਂਦਾ ਲੋਕਾਂ ਜ਼ਾਲਮਾਂ ਨੂੰ ਉਹੋ ਨੇ ਜਿਨ੍ਹਾਂ ਦੀ ਸਜ਼ਾ ਇਹ ਵੇ ਜੋ ਜ਼ਰੂਰ ਉਹਨਾਂ ਤੇ ਫਟਕਾਰ ਹੈ ਅੱਲਾ ਦੀ ਤੇ ਫਰਿਸ਼ਤਿਆਂ ਦੀ ਤੇ ਲੋਕਾਂ ਸਾਰਿਆਂ ਦੀ ਸਦਾ ਰਹਿਣਗੇ ਉਸ ਵਿੱਚ ਨਾ ਹਲਕਾ ਹੋਵੇਗਾ ਉਹਨਾਂ ਤੋਂ ਅਜ਼ਾਬ ਤੇ ਨਾ ਉਹਨਾਂ ਨੂੰ ਸਾਹ ਲੈਣਾ ਮਿਲੇਗਾ ਪਰ ਜਿਨ੍ਹਾਂ ਤੋਬਾ ਕੀਤੀ ਪਿੱਛੇ ਇਸ ਦੇ ਤੇ ਸਵਾਰੇ ਆਪਣੇ ਆਪ ਨੂੰ ਤਾਂ ਅੱਲਾ ਜ਼ਰੂਰ ਬਖਸ਼ਣਾਰ ਮਿਹਰਬਾਨ ਹੈ ਜਿਹੜੇ ਬੇਈਮਾਨ ਹੋ ਗਏ ਨੇ ਪਿੱਛੇ ਮੰਨਣ ਦੇ ਫਿਰ ਵੱਧ ਗਏ ਨੇ ਬੇਈਮਾਨੀ ਵਿੱਚ ਉਹਨਾਂ ਦੀ ਤੋਬਾ ਜ਼ਰੂਰ ਕਬੂਲ ਨਹੀਂ ਹੋਣੀ ਤੇ ਉਹ ਹੀ ਨੇ راہੋਂ ਭੁੱਲੇ ਹੋਏ ਜਿਹੜੇ ਬੇਈਮਾਨ ਹੋਏ ਤੇ ਮਰ ਗਏ ਤੇ ਉਹ ਨਹੀਂ ਬੇਈਮਾਨ ਤਾਂ ਜ਼ਰੂਰ ਨਹੀਂ ਇਹ ਕਬੂਲ ਹੋਣਾ ਕਿਸੇ ਦਾ ਵੀ ਉਹਨਾਂ ਵਿੱਚੋਂ ਜ਼ਮੀਨ ਜਿੰਨਾ ਸੋਨਾ ਪਾਵੇ ਜੇਕਰ ਛਡਵਾਈ ਦੇਵੇ ਉਹ ਨਹੀਂ ਜਿਹਨਾਂ ਨੂੰ ਦੁੱਖ ਦੀ ਮਾਰ ਏ ਤੇ ਨਹੀਂ ਉਹਨਾਂ ਦਾ ਕੋਈ ਮਦਦਗਾਰ ਨਹੀਂ ਪਹੁੰਚੋਗੇ ਨੇ ਕੀ ਤੱਕ ਜਾਂ ਤੱਕ ਖਰਚ ਨਾ ਕਰੋਗੇ ਕੁਝ ਜਿੰਨੂੰ ਪਿਆਰਾ ਜਾਣਦੇ ਹੋ ਤੇ ਜੋ ਖਰਚ ਕਰੋਗੇ ਇੱਕ ਜ਼ਰਾ ਵੀ ਸੋ ਅੱਲਾ ਉਸ ਨੂੰ ਜਾਣਦਾ ਹੈ ਸਭ ਖਾਣੇ ਦੀਆਂ ਚੀਜ਼ਾਂ ਹਲਾਲ ਸਨ ਬਣੀ ਇਸرائیਲ ਨੂੰ ਪਰ ਜੋ ਹਰਾਮ ਕੀਤਾ ਯਾਕੂਬ ਨੇ ਆਪਣੇ ਉੱਤੇ ਪਹਿਲੇ ਉਤਰਨੇ ਤורה ਦੇ ਤੁਸੀਂ ਆਖੋ ਤਾਂ ਲਿਆਓ ਤורה ਫਿਰ ਉਹ ਪੜੋ ਜੇ ਤੁਸੀਂ ਸੱਚੇ ਹੋ ਫਿਰ ਜਿੰਨੇ ਜੋੜਿਆ ਅੱਲਾ ਉੱਤੇ ਝੂਠ ਪਿੱਛੇ ਇਸ ਦੇ ਸੋ ਉਹ ਹੀ ਨੇ ਅੱਤਿਆਰੇ ਐ ਹਬੀਬ ਆਖੋ ਸੱਚ ਆਖਿਆ ਅੱਲਾ ਨੇ ਹੁਣ ਤਾਬੇ ਹੋ ਜਾਓ دین ਇਬਰਾਹੀਮ ਇੱਕ ਤਰਫੇ ਦੇ ਤੇ ਨਹੀਂ ਸੀ ਸ਼ਿਰਕ ਕਰਨ ਵਾਲਿਆਂ ਵਿੱਚੋਂ ਪਹਿਲਾ ਕਾਰਜ ਜੋ ਬਣਿਆ ਲੋਕਾਂ ਲਈ ਜ਼ਰੂਰ ਉਹ ਹੈ ਜਿਹੜਾ ਮੱਕੇ ਵਿੱਚੇ ਬਰਕਤ ਵਾਲਾ ਤੇ ਹਿਦਾਇਤ ਸਾਰੇ ਜਹਾਨ ਨਾਲ ਲਈ ਉਸ ਵਿੱਚ ਨਿਸ਼ਾਨੀਆਂ ਨੇ ਸਾਫ਼ ਜਗ੍ਹਾ ਖਲੋਣੇ ਇਬਰਾਹਿਮ ਦੀ ਤੇ ਜਿਹੜਾ ਉਸ ਵਿੱਚ ਆ ਗਿਆ ਅਮਨ ਪਾ ਗਿਆ ਤੇ ਅੱਲਾ ਦਾ ਲੋਕਾਂ ਉੱਤੇ ਹੱਕ ਹੈ ਹਜ ਕਾਬੇ ਦਾ ਜਿਹੜਾ ਤਾਕਤ ਰੱਖੇ ਉਸ ਵੱਲ ਰਾਹ ਦੀ ਤੇ ਜਿਨ ਨੇ ਨਾ ਮੰਨਿਆ ਤਾ ਅੱਲਾ ਜ਼ਰੂਰ ਬੇਪਰਵਾਹ ਹੈ ਸਾਰੇ ਜੱਗ ਦੀ ਤੁਸੀਂ ਆਖੋ ਇਹ ਕਿਤਾਬ ਵਾਲਿਓ ਕਿਉਂ ਨਹੀਂ ਮੰਨਦੇ ਆਇਤਾਂ ਅੱਲਾ ਦੀਆਂ ਤੇ ਅੱਲਾ ਦੇ ਸਾਹਮਣੇ ਹੈ ਜੋ ਕਰਦੇ ਹੋ ਤੁਸੀਂ ਆਖੋ ਇਹ ਕਿਤਾਬ ਵਾਲਿਓ ਕਿਉਂ ਰੋਕਦੇ ਹੋ ਅੱਲਾ ਦੇ ਰਾਹ ਨੂੰ ਉਹਨੂੰ ਜਿੰਨੇ ਮੰਨਿਆ ਟੁੰਡਦੇ ਹੋ ਉਸ ਰਾਹ ਵਿੱਚ ਏਬ ਨਾਲੇ ਤੁਸੀਂ ਗਵਾਹ ਹੋ ਕਿ ਅੱਲਾ ਨੂੰ ਕੁਝ ਭੁੱਲਾ ਹੋਇਆ ਨਹੀਂ ਜੋ ਕਰਦੇ ਹੋ ਐ ਇਮਾਨ ਵਾਲਿਓ ਜੇ ਆਖੇ ਲੱਗੋਗੇ ਇਕਨਾਂ ਦੇ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਮਿਲੀ ਇਹ ਕਿਤਾਬ ਤਾਂ ਬੇਈਮਾਨ ਕਰ ਦੇਣਗੇ ਤੁਹਾਨੂੰ ਪਿੱਛੇ ਇਮਾਨ ਲਿਆਉਣ ਦੇ ਤੁਹਾਡੇ ਤੇ ਕੀ ਕਰ ਤੁਸੀਂ ਬੇਈਮਾਨ ਬਣੋਗੇ ਨਾਲੇ ਤੁਸੀਂ ਅੱਗੇ ਪੜੀਆਂ ਜਾਂਦੀਆਂ ਨੇ ਆਇਤਾਂ ਅੱਲਾ ਦੀਆਂ ਤੇ ਤੁਸੀਂ ਵਿੱਚ ਮੌਜੂਦ ਹੈ ਪੈਗੰਬਰ ਉਹਦਾ ਤੇ ਜਿਨ੍ਹਾਂ ਨੇ ਮਜ਼ਬੂਤ ਫੜਿਆ ਅੱਲਾ ਨੂੰ ਤਾਂ ਜ਼ਰੂਰ ਉਹਨੂੰ ਲੱਭ ਪਿਆਰਾ ਸਿੱਧਾ اے ایماں والےو بچ دے رہو اللہ توں جیسا اس توں بچنا چاہی دا اے تے نہ مرو پر جد تسی فرمانبردار ہو تے کٹ کے پھڑو رسا اللہ دا سارے رل کے تے پھٹ نہ پاؤ تے یاد کرو احسان اللہ دا اپنے اُتے جد آپس وچ دشمن سا ہو پھر پیار پا دتو سو تواڈے دلاں وچ پھر ہو گئے تسی او دے فضل نال پرا پرا ਤੇ ਤੁਸੀਂ ਇੱਕ ਅਗਦੇ ਟੋਏ ਦੇ ਕੰਡੇ ਉੱਤੇ ਪਹੁੰਚੇ ਹੋ ਐਸਾ ਫਿਰ ਬਚਾਇਓ ਸੂ ਤੁਹਾਨੂੰ ਉਸ ਤੋਂ ਇਸੇ ਤਰ੍ਹਾਂ ਬਿਆਨ ਕਰਦਾ ਹੈ ਅੱਲਾ ਤੁਸਾਂ ਲਈ ਆਪਣੀਆਂ ਆਇਤਾਂ ਤਾਂ ਤੁਸੀਂ ਸਿੱਧੇ ਰਾਹ 'ਤੇ ਆਓ ਤੇ ਕੁਝ ਲੋਕਾਂ ਨੂੰ ਤੁਸਾਂ ਵਿੱਚੋਂ ਚਾਹੀਦਾ ਹੈ ਜੋ ਸਦਦੇ ਰਹਿਣ ਨੇਕੀ ਵਾਲ ਤੇ ਹੁਕਮ ਕਰਦੇ ਰਹਿਣ ਨੇਕ ਕੰਮ ਦਾ ਤੇ ਰੋਕਦੇ ਰਹਿਣ ਬੁਰੇ ਕੰਮੋਂ ਤੇ ਉਹੋ ਹੀ ਨਿਹਾਲ ਹੋਏ ਨੇ ਤੇ ਨਾ ਹੋ ਬੋ ਨਾ ਮੰਗੂ ਜੇ ਨਾ ਫੁੱਟ ਪਾਈ ਤੇ ਵਖਰੇ ਵਖਰੇ ਹੋ ਗਏ ਪਿੱਛੇ ਇਸ ਦੇ ਜੋ ਪਹੁੰਚ ਚੁੱਕੇ ਉਹਨਾਂ ਨੂੰ ਸਾਫ ਹੁਕਮ ਤੇ ਉਹ ਨੇ ਜਿਨ੍ਹਾਂ ਨੂੰ ਬੜੀ ਮਾਰ ਹੈ ਜਿਸ ਦਿਨ ਚਿੱਟੇ ਹੋ ਜਾਣਗੇ ਕਈ ਮੂੰਹ ਤੇ ਕਾਲੇ ਹੋ ਜਾਣਗੇ ਕਈ ਮੂੰਹ ਫਿਰ ਆਖਿਆ ਜਾਏਗਾ ਜਿਨ੍ਹਾਂ ਦੇ ਮੂੰਹ ਕਾਲੇ ਹੋਏ ਨੇ ਕਿਉਂ ਬੇਈਮਾਨੀ ਕੀਤੀ ਉਹ ਜੇ ਪਿੱਛੇ ਆਪਣੇ ਇਮਾਨਦਾਰ ਹੋਣ ਦੇ ਹੁਣ ਚੱਖੋ ਅਜ਼ਾਬ ਬਦਲੇ ਆਪਣੀ ਬੇਈਮਾਨੀ ਦੇ ਤੇ ਉਹ ਜਿਨ੍ਹਾਂ ਦੇ ਮੂੰਹ ਚਿੱਟੇ ਹੋਏ ਨੇ ਸੋ ਅੱਲਾ ਦੀ ਮਿਹਰ ਵਿੱਚ ਨੇ ਉਹਨਾਂ ਉੱਥੇ ਸਦਾ ਰਹਿਣਾ ਇਹ ਨਿਯਾਇਤਾਂ ਅੱਲਾ ਦੀਆਂ ਜੋ ਅਸੀਂ ਪੜ੍ਹਣੀਆਂ ਤੇਰੇ ਅੱਗੇ ਸੱਚ ਸੱਚ ਤੇ ਅੱਲਾ ਜ਼ੁਲਮ ਕਰਨਾ ਨਹੀਂ ਚਾਹਦਾ ਸਾਰੇ ਜਗ ਉਤੇ ਤੇ ਅੱਲਾ ਹੀ ਦਾ ਮਾਲ ਏ ਜੋ ਕੁਝ ਆਸਮਾਨਾਂ ਵਿੱਚ ਤੇ ਜੋ ਕੁਝ ਜ਼ਮੀਨ ਵਿੱਚ ਤੇ ਅੱਲਾ ਹੀ ਵੱਲ ਮੋੜੇ ਜਾਂਦੇ ਨੇ ਸਭ ਕੰਮ ਤੁਸੀਂ ਸਭ ਲੋਕਾਂ ਵਿੱਚੋਂ ਚੰਗੇ ਲੋਕ ਹੋ ਜਿਨ੍ਹਾਂ ਨੂੰ ਅਲੱਗ ਕੀਤਾ ਲੋਕਾਂ ਦੇ ਫਾਇਦੇ ਲਈ ਹੁਕਮ ਕਰਦੇ ਹੋ ਤੁਸੀਂ ਨੇਕੀ ਦਾ ਕਿ ਵਰੀ ਦੇ ਉਹ ਬਰੀਆਂ ਨੂੰ ਤੇ ਮੰਦੇ ਵਾਲਾਂ ਨੂੰ ਤੇ ਜੇ ਕਦੇ ਮੰਦੇ ਕਿਤਾਬ ਵਾਲੇ ਤਾਂ ਹੁੰਦਾ ਚੰਗਾ ਉਹਨਾਂ ਲਈ ਕੁਝ ਉਹਨਾਂ ਵਿੱਚੋਂ ਈਮਾਨ ਵਾਲੇ ਨੇ ਤੇ ਬਹੁਤੇ ਉਹਨਾਂ ਵਿੱਚੋਂ ਬੇਇਮਾਨ ਨੇ ਉਹ ਤੁਹਾਡਾ ਕੁਝ ਨਹੀਂ ਵਿਗਾੜਣਗੇ ਪਰ ਸਤਾਣਗੇ ਤੇ ਜੇ ਲੜਨਗੇ ਤੁਸੀਂ ਨਾਲ ਤਾਂ ਤੁਹਾਡੇ ਵੱਲ ਮਗਰ ਫੇਰ ਕੇ ਨਸਣਗੇ ਫਿਰ ਉਹਨਾਂ ਨੂੰ ਮਦਦ ਨਾ ਪਹੁੰਚੇਗੀ ਕਿਹ ਲਿਆ ਉਹਨਾਂ ਨੂੰ ਬੇਇੱਜ਼ਤੀ ਨਹੀਂ ਜਿੱਥੇ ਵੀ ਹੋਣਗੇ ਪਰ ਜੇ ਫੜਨ ਪਣਾ ਅੱਲਾ ਦੀ ਤੇ ਪਣਾ ਲੋਕਾਂ ਦੀ ਤੇ ਲੈ ਮੂੜੇ ਗਜ਼ਬ ਅੱਲਾ ਦਾ ਤੇ ਕੀ ਲੈ ਆਉ ਨਾ ਨੂੰ ਕੰਗਾਲ ਪੁਣੇ ਨੇ ਇਹ ਇਸ ਸਬਬ ਨਾਲ ਜੋ ਉਹ ਜ਼ਰੂਰ ਮੰਨਦੇ ਨਹੀਂ ਸਨ ਆਇਤਾ ਅੱਲਾ ਦੀਆਂ ਤੇ ਖੂਨ ਕਰਦੇ ਸਨ ਪੈਗੰਬਰਾਂ ਦੇ ਨਾਹਕ ਇਹ ਇਸ ਸਬਬ ਨਾਲ ਜੋ ਹੁਕਮ ਮੋੜਿਓ ਨੇ ਤੇ ਹੱਦੋਂ ਟੱਪਦੇ ਰਹੇ ਉਹ ਸਾਰੇ ਇੱਕੋ ਜਿਹੇ ਨਹੀਂ ਕਿਤਾਬ ਵਾਲਿਆਂ ਵਿੱਚੋਂ ਕੁਝ ਲੋਕ ਨੇ دین ਉੱਤੇ ਖਲੋਤੇ ਹੋਏ ਹਰ ਦਿਨੇ ਆਇਤਾ ਲਾਦੀਆਂ ਕੁਛ ਕੜੀਆਂ ਰਾਦੀਆਂ ਤੇ ਉਹ ਸਜਦਾ ਕਰਦੇ ਨੇ ਮੰਨਦੇ ਨੇ ਅੱਲਾ ਨੂੰ ਤੇ ਦਿਨ ਆਖਰਤ ਨੂੰ ਤੇ ਹੁਕਮ ਕਰਦੇ ਨੇ ਨੇਕੀ ਦਾ ਤੇ ਵਰਜਦੇ ਨੇ ਬੁਰਾਈਆਂ ਤੇ ਦੌੜਦੇ ਨੇ ਨੇਕ ਕੰਮਾਂ ਵਿੱਚ ਤੇ ਉਹਨੇ ਭਲੇ ਲੋਕਾਂ ਵਿੱਚੋਂ ਤੇ ਜਿਹੜੇ ਕਰਨਗੇ ਕੋਈ ਨੇਕੀ ਸੋ ਬੇਕਦਰੀ ਨਾ ਹੋਣੇਗੀ ਉਸ ਦੀ ਤੇ ਅੱਲਾ ਜਾਣਦਾ ਹੈ ਬਚਨ ਵਾਲਿਆਂ ਨੂੰ ਜਿਹੜੇ ਬੇਈਮਾਨ ਹੋਏ ਨੇ ਜ਼ਰੂਰ ਕੰਮ ਨਹੀਂ ਆਉਣਗੇ ਉਹਨਾਂ ਦੇ ਮਾਲ ਉਹਨਾਂ ਦੇ ਤੇ ਨਾ ਔਲਾਦ ਉਹਨਾਂ ਦੀ ਅੱਲਾ ਦੇ ਅਜ਼ਾਬੋਂ ਇੱਕ ਜ਼ਰਾ ਤੇ ਉਹੋ ਨੇ ਰਹਿਣ ਵਾਲੇ ਅੱਗ ਦੇ ਉਹਨਾਂ ਉੱਥੇ ਸਦਾ ਰਹਿਣਾ ਹੈ ਹਾਲ ਉਸ ਮਾਲ ਦਾ ਜੋ ਖਰੀਦੇ ਨੇ ਇਸ ਜੀਵ ਨੇ ਦੁਨੀਆ ਦੇ ਵਿੱਚ ਇੱਕ ਹਵਾ ਦੇ ਵਾਂਗੂ ਹੈ ਜਿਸ ਵਿੱਚ ਸਖਤ ਠਾਰੇ ਪਹੁੰਚੀ ਉਹਨਾਂ ਲੋਕਾਂ ਦੀ ਪੈਦੀ ਨੂੰ ਜਿਨ੍ਹਾਂ ਜ਼ੁਲਮ ਕੀਤਾ ਆਪਣੀਆਂ ਜਾਨਾਂ ਉੱਤੇ ਫੇਰ ਪਨਾਹ ਕਰ ਗਈ ਉਸ ਨੂੰ ਤੇ ਨਹੀਂ ਜ਼ੁਲਮ ਕੀਤਾ ਉਹਨਾਂ ਉੱਤੇ ਅੱਲਾ ਨੇ ਪਰ ਉਹ ਆਪਣੇ ਉੱਤੇ ਜ਼ੁਲਮ ਕਰਦੇ ਨੇ اے ਈਮਾਨ ਵਾਲਿਓ ਕਿਸੇ ਨੂੰ ਨਾ ਬਣਾਓ ਪੀਤੀ ਸਭਾ ਆਪਣਿਆਂ ਦੇ ਉਹ ਜ਼ਰਾ ਫਰਕ ਨਹੀਂ ਕਰਦੇ ਤੁਹਾਡੀ ਖਰਾਬੀ ਵਿੱਚ ਦਿਲੋਂ ਚਾਹਦੇ ਨੇ ਮੁਸੀਬਤ ਵਿੱਚ ਪੈਣਾ ਤੁਹਾਡਾ ਜ਼ਰੂਰ ਜ਼ਾਹਿਰ ਹੋਇਆ ਹੈ ਵੈਰ ਉਹਨਾਂ ਦੇ ਮੂੰਹ ਦੀਆਂ ਗੱਲਾਂ ਤੋਂ ਤੇ ਜੋ ਲੁਕਿਆ ਹੈ ਉਹਨਾਂ ਦੇ ਦਿਲਾਂ ਵਿੱਚ ਇਦੋਂ ਬੜਾ ਹੈ ਅਸਾਂ ਖੂਬ ਦੱਸੇ ਨੇ ਤੁਹਾਨੂੰ ਪਤਾ ਹੈ ਜੇ ਤੁਸੀਂ ਅਕਲ ਰੱਖਦੇ ਹੋ ਸੁਣਦੇ ਹੋ ਤੁਸੀਂ ਅਜਿਹੇ ਲੋਕੋ ਜਿਹੜੇ ਦੋਸਤ ਰੱਖਦੇ ਹੋ ਉਹਨਾਂ ਨੂੰ ਤੇ ਉਹ ਨਹੀਂ ਦੋਸਤ ਰੱਖਦੇ ਤੁਹਾਨੂੰ ਤੇ ਤੁਸੀਂ ਮੰਨਦੇ ਹੋ ਸਾਰੀਆਂ ਕਿਤਾਬਾਂ ਤੇ ਜਦ ਮਿਲਦੇ ਨੇ ਤੁਹਾਨੂੰ ਆਖਦੇ ਨੇ ਅਸਾਂ ਮੰਨਿਆ ਹੈ ਤੇ ਜਦ ਵੱਖਰੇ ਹੁੰਦੇ ਨੇ ਚੱਕ ਮਾਰਦੇ ਨੇ ਆਪਣੀਆਂ ਉਂਗਲੀਆਂ ਨੂੰ ਤੁਹਾਡੇ ਉੱਤੇ ਗੁੱਸੇ ਨਾਲ ਐ ਹਬੀਬ ਤੁਸੀਂ ਆਖੋ ਮਰੋ ਆਪਣੇ ਗੁੱਸੇ ਨਾਲ ਅੱਲਾ ਜ਼ਰੂਰ ਜਾਣਦਾ ਹੈ ਜਿਲਾਂ ਦੇ ਭੇਤ ਜੇ ਪਹੁੰਚੇ ਤੁਹਾਨੂੰ ਨੇਮਤ ਬੁਰੀ ਲੱਗਦੀ ਹੈ ਉਹਨਾਂ ਨੂੰ ਤੇ ਜੇ ਪਹੁੰਚੇ ਤੁਹਾਨੂੰ ਸਖਤੀ ਉਸ ਨਾਲ ਖੁਸ਼ ਹੁੰਦੇ ਨੇ ਤੇ ਜੇ ਤੁਸੀਂ ਸੰਦੇ ਰਹੋਗੇ ਤੇ ਬਚੋਗੇ ਨਾ ਵਗਾੜੇਗਾ ਦਾ ਉਹਨਾਂ ਦਾ ਤੁਹਾਡਾ ਕੁਝ ਵੀ ਜ਼ਰੂਰ ਅੱਲਾ ਦੇ ਕਾਬੂ ਵਿੱਚ ਜੋ ਕਰਦੇ ਨੇ ਹਬੀਬ ਤੇ ਜਦ ਤੁਸੀਂ ਸਵੇਰੇ ਨਿਕਿਓ ਆਪਣੇ ਘਰੋਂ ਬਾਲਨ ਲਗੋ ایمان ਵਾਲਿਆਂ ਨੂੰ ਜਗਾ ਜਗਾ ਲੜਾਈ ਵਾਸਤੇ ਉਹਦੇ ਮੈਦਾਨ ਵਿੱਚ ਤੇ ਅੱਲਾ ਸੁਣਦਾ ਜਾਣਦਾ ਹੈ ਜਦ ਇਰਾਦਾ ਕੀਤਾ ਦੋ ਜਮਾਤਾਂ ਨੇ ਤੁਸੀਂ ਵਿੱਚੋਂ ਨਾ ਮਰਦੀ ਕਰਨ ਦਾ ਤੇ ਅੱਲਾ ਮਦਦ ਨੂੰ ਮੌਜੂਦ ਸੀ ਉਹਨਾਂ ਦੀ ਤੇ ਅੱਲਾ ਹੀ ਤੇ ਭਰੋਸਾ ਕਰਨਾ ਚਾਹੀਦਾ ਹੈ ਹੁਕਮ ਮੰਨਣ ਵਿੱਚ ایمان ਵਾਲਿਆਂ ਨੂੰ ਤੇ ਜ਼ਰੂਰ ਮਦਦ ਕਰ ਚੁੱਕਾ ਹੈ ਤੁਹਾਡੀ ਅੱਲਾ ਬਦਰ ਵਿੱਚ ਜਦ ਤੁਸੀਂ ਕਮਜ਼ੋਰ ਸੋ ਤੇ ਬਚਦੇ ਰਹੋ ਅੱਲਾਹ ਤੋਂ ਤਾਂ ਤੁਸੀਂ ਕਦਰ ਜਾਣੋ ਅਬੀਦ ਜੀ ਤੁਸੀਂ ਆਖਦੇ ਹੋ ਈਮਾਨ ਵਾਲਿਆਂ ਨੂੰ ਭਲਾ ਇਹਨਾਂ ਤੁਹਾਨੂੰ ਥੋੜਾ ਹੈ ਜੋ ਮਦਦ ਕਰੇ ਤੁਹਾਡੀ ਰੱਬ ਤੁਹਾਡਾ 3000 ਫਰਿਸ਼ਤੇ ਉਤਾਰ ਕੇ ਹਾਂ ਜੇ ਤੁਸੀਂ ਸਹਾਰਾ ਕਰੋਗੇ ਤੇ ਬਚੋਗੇ ਤੇ ਜਦ ਦੁਸ਼ਮਣ ਆ ਜਾਣ ਤੁਸਾਂ ਉੱਤੇ ਆਪਣੇ ਇਸ ਜੋਸ਼ ਨਾਲ ਮਦਦ ਕਰੇਗਾ ਤੁਹਾਡੀ ਰੱਬ ਤੁਹਾਡਾ 5000 ਫਰਿਸ਼ਤੇ ਇੱਕ ਨਿਸ਼ਾਨ ਵਾਲਿਆਂ ਨਾਲ ਇਸ ਨਿਸ਼ਾਨ ਨਾਲ ਪਛਾਤੇ ਜਾਣ ਭਾਈ ਇਹ ਫਰਿਸ਼ਤੇ ਨੇ ਆਦਮੀ ਨਹੀਂ ਤੇ ਨਹੀਂ ਧਰ ਆਇਆ ਅੱਲਾ ਨੇ ਇਹ ਮਦਦ ਦੇਣਾ ਪਰ ਖੁਸ਼ਖਬਰੀ ਤੁਸਾਂ ਲਈ ਨਾਲੇ ਤਹਾਂ ਜੋ ਐਸ ਨਾਲ ਤਸੱਲੀ ਫੜਨ ਦਿਲ ਤੁਹਾਡੇ ਕਿ ਮਦਦ ਨਹੀਂ ਸਵਾਏ ਅੱਲਾ ਕੋਲੋਂ ਜੋ ਜ਼ੋਰ ਆਵਰੇ ਹਕਮਤ ਵਾਲਾ ਤਾਂ ਵੜ ਦੇ ਇੱਕ ਟੋਲੇ ਨੂੰ ਬੇਈਮਾਨਾਂ ਵਿੱਚੋਂ ਯਾ ਖਾਰ ਕਰੇ ਉਹਨਾਂ ਨੂੰ ਫੇਰ ਮੁੱਢ ਜਾਣ ਨਾਮੁਰਾਦ ਹੋ ਕੇ तेरा जोर इस किसे उत्ते नहीं या तोबा कबूल दी या अजाब दे वे होना नू। क्योंकि वो बड़े माल है जो, जो जमीन बख्शे जिसनू ते अजाब देवे चावे ते अल्लाह हार मेहरबान है ईमान वाले ओ, ना खाओ ब्याज कई दूने वा के ਤੇ بچੋ ਅੱਲਾ ਤੋਂ ਤਾਂ ਤੁਸੀਂ ਮੁਰਾਦ ਪਾਓ ਲੜਾਈ ਦੇ ਬਿਆਨ ਵਿੱਚ ਇੱਥੇ ਵਿਆਜ ਦਾ ਜ਼ਿਕਰ ਇਸ ਵਾਸਤੇ ਕੀਤਾ ਹੈ ਜੋ ਲੜਾਈ ਵਿੱਚ ਨਾ ਮਰਦੀ ਕਰਨੀ ਬੁਰੀ ਹੈ ਤੇ ਵਿਆਜ ਖਾਦਿਆਂ ਆਦਮੀ ਨਾ ਮਰਦ ਹੋ ਜਾਂਦਾ ਹੈ ਤੇ ਇਬਾਦਤ ਦੀ ਤੌਫੀਕ ਵੀ ਕੱਟ ਹੁੰਦੀ ਹੈ ਤੇ بچੋ ਹੋ ਸਕ ਤੋਂ ਜੋ ਤਿਆਰ ਹੋਈ ਹੈ ਬੇਈਮਾਨਾਂ ਲਈ ਤੇ ਆਖੇ ਲੱਗੋ ਅੱਲਾ ਦੇ ਤੇ ਪੈਗੰਬਰ ਦੇ ਤਾਂ ਤੁਸਾਂ ਉੱਤੇ ਮਿਹਰ ਹੋਵੇ ਤੇ ਦੌੜੋ ਆਪਣੇ ਰੱਬ ਦੀ ਬਖਸ਼ਿਸ਼ ਵੱਲ ਤੇ ਬਹਿਸ਼ਤ ਵੱਲ ਜਿਸ ਦੀ ਚੁੜਾਈ ਆਸਮਾਨ ਤੇ ਜ਼ਮੀਨ ਹੈ ਤੇ ਤਿਆਰ ਹੋਇਆ ਹੈ ਬਚਨ ਵਾਲਿਆਂ ਲਈ ਜਿਹੜੇ ਖਰਚ ਕਰਦੇ ਨੇ ਖੁਸ਼ੀ ਤੇ ਤੰਗੀ ਵਿੱਚ ਤੇ ਦਬਾਨ ਵਾਲੇ ਨੇ ਗੁੱਸੇ ਨੂੰ ਤੇ ਮaaf ਕਰਨ ਵਾਲੇ ਨੇ ਲੋਕਾਂ ਨੂੰ ਤੇ ਅੱਲਾ ਪਿਆਰਾ ਜਾਣਦਾ ਹੈ ਨੇਕੋ ਕਰਨ ਨੂੰ ਤੇ ਜਿਹੜੇ ਜੱਦ ਕਰ ਬੈਠਦੇ ਨੇ ਬੇਹਯਾਈ ਜਾਂ ਜ਼ੁਲਮ ਕਰ ਬੈਠਦੇ ਨੇ ਆਪਣੀਆਂ ਜਾਨਾਂ ਉੱਤੇ ਯਾਦ ਕਰਦੇ ਨੇ ਅੱਲਾ ਨੂੰ ਫਿਰ ਬਖਸ਼ਿਸ਼ ਮੰਗਦੇ ਨੇ ਆਪਣੇ ਗੁਨਾਹ ਦੀ ਤੇ ਕੌਣ ਬਖਸ਼ਦਾ ਹੈ ਗੁਨਾਹ ਸਵਾ ਅੱਲਾ ਦੇ ਤੇ ਨਹੀਂ ਅੜੀ ਕਰਦੇ ਉਸ ਕੰਮ ਉੱਤੇ ਜੋ ਕਰ ਬੈਠੇ ਨੇ ਜਾਣ ਬੁੱਝ ਕੇ ਉਹ ਨੇ ਜਿਨ੍ਹਾਂ ਦਾ ਬਦਲਾ ਬਖਸ਼ਿਸ਼ ਹੈ ਉਹਨਾਂ ਦੇ ਰੱਬ ਵੱਲੋਂ ਤੇ ਜੰਨਤ ਵਗਦੀਆਂ ਨੇ ਹੇਠ ਉਹਨਾਂ ਦੇ ਨਹਿਰਾਂ ਸਦਾ ਰਹਿਣਗੇ ਉੱਥੇ ਤੇ ਵਾਵਾ ਮਜ਼ਦੂਰੀ ਇਹ ਕੰਮ ਕਰਨ ਵਾਲਿਆਂ ਦੀ ਜ਼ਰੂਰ ਗੁਜ਼ਰ ਚੁੱਕੇ ਨੇ ਤੁਸਾਂ ਤੋਂ ਪਹਿਲੇ ਕਈ ਟੰਗ ਸੋ ਫਿਰੋ ਮੁਲਕ ਵਿੱਚ ਫਿਰ ਵੇਖੋ ਕਿ ਕਿਕਨ ਆਇਆ ਹੌਲਕ ਚੁਠਾਨ ਵਾਲਿਆਂ ਦਾ ਇਹ ਜ਼ਾਹਿਰ ਕਰਨਾ ਹੈ ਲੋਕਾਂ ਲਈ ਤੇ ਰਾਹ ਦੱਸਣਾ ਤੇ ਨਸੀਹਤ ਕਰਨਾ ਹੈ ਬਚਨ ਵਾਲਿਆਂ ਨੂੰ ਤੇ ਨਾ ਸੋਸਤ ਹੋਵੋ ਤੇ ਨਾ ਗਮ ਖਾਓ ਤੇ ਤੁਸੀਂ ਹੀ ਗਾਲਬ ਰਹੋਗੇ ਜੇ ਤੁਸੀਂ ਮومین ਹੋਏ ਜੇ ਲੱਗਦਾ ਤੁਹਾਨੂੰ ਫਟ ਤੁਹਾਨੂੰ ਲੱਗ ਚੁੱਕਾ ਹੈ ਉਹਨਾਂ ਲੋਕਾਂ ਨੂੰ ਵੀ ਫਟ ਹੋ ਗਿਆ ਬਦਲਦੀ ਲੜਾਈ ਵਿੱਚ ਤੇ ਇਹ ਦਿਨ ਨੇ ਜਿਨ੍ਹਾਂ ਨੂੰ ਅਸੀਂ ਬਦਲਦੇ ਰਹਨੇ ਆ ਲੋਕਾਂ ਵਿੱਚ ਤਾਂ ਜਾਣ ਲਵੇ ਅੱਲਾ ਇਮਾਨ ਵਾਲਿਆਂ ਨੂੰ ਤੇ ਬਣਾਏ ਤੁਸਾਂ ਵਿੱਚੋਂ ਸ਼ਹੀਦ ਤੇ ਅੱਲਾ ਨੂੰ ਨਹੀਂ ਪਾਉਂਦੇ ਜ਼ੁਲਮ ਕਰਨ ਵਾਲੇ ਤੇ ਮੈਲ-ਕਚਲ ਤੋਂ ਸਾਫ਼ ਕਰਦੇ ਅੱਲਾ ਇਮਾਨ ਵਾਲਿਆਂ ਨੂੰ ਤੇ ਫਨਾ ਕਰੇ ਬੇਈਮਾਨਾਂ ਨੂੰ ਕੀ ਤੁਸਾਂ ਇਹ ਜਾਤਾ ਹੈ ਪੈਚਾਲ ਬੜੋਗੇ ਬਹਿਸ਼ਤ ਵਿੱਚ ਤੇ ਅਜੇ ਨਹੀਂ ਜਾਤੇ ਅੱਲਾ ਨੇ ਲੜਨ ਵਾਲੇ ਤੁਸਾਂ ਵਿੱਚੋਂ ਨਾਲੇ ਜਾਣਨੇ ਨੇ ਸਬਰ ਕਰਨ ਵਾਲੇ ਤੇ ਤੁਸੀਂ ਜ਼ਰੂਰ ਮੰਗਦੇ ਸੋ ਮੌਤ ਪਹਿਲੇ ਹੋਸ ਦੇ ਮਿਲਣ ਸੋ ਹੁਣ ਵੇਖ ਲਈ ਜੀ ਅੱਖੀਆਂ ਦੇ ਸਾਹਮਣੇ ਤੇ ਮੁਹੰਮਦ ਸੱਲੱਲਾਹੁ ਅਲੈਹ ਵਸੱਲਮ ਨਰਾ ਇੱਕ ਪੈਗੰਬਰ ਹੈ ਗੁਜ਼ਰ ਚੁਕੇ ਨੇ ਪਹਿਲੇ ਉਹਦੇ ਕਈ ਪੈਗੰਬਰ ਪਹਿਲਾ ਫਿਰ ਜੇ ਉਹ ਮਰ ਗਿਆ ਜਾਂ ਮਾਰਿਆ ਗਿਆ ਤੁਸੀਂ ਧਰਮ ਤੋਂ ਫਿਰ ਜਾਓਗੇ ਆਪਣੇ ਪਿਛਲੀ ਪੈਰੀ ਤੇ ਜਿਹੜਾ ਫਿਰ ਜਾਏਗਾ ਆਪਣੇ ਪਿਛਲੀ ਪੈਰੀ ਸੋ ਨਾ ਵਗਾੜੇਗਾ ਅੱਲਾ ਦਾ ਕੁਝ ਤੇ ਸਵਾਬ ਦੇਗਾ ਅੱਲਾ ਸ਼ੁਕਰ ਕਰਨ ਵਾਲਿਆਂ ਨੂੰ ਤੇ ਕੋਈ ਜੀ ਮਰ ਨਹੀਂ ਸਕਦਾ ਬਿਨ ਹੁਕਮ ਅੱਲਾ ਦੇ ਲਿਖਤੇ ਵਕਤ ਮੁਕਰਰ ਦੀ ਤੇ ਜਿਹੜਾ ਚਾਹੇਗਾ ਬਦਲਾ ਦੁਨੀਆ ਵਿੱਚ ਦੇਾਂਗੇ ਅਸੀਂ ਉਹਨੂੰ ਉਸ ਵਿੱਚ ਤੇ ਜਿਹੜਾ ਚਾਹੇਗਾ ਬਦਲਾ ਆਖਰਤ ਵਿੱਚ ਦੇਾਂਗੇ ਅਸੀਂ ਉਸਨੂੰ ਉਸ ਵਿੱਚ ਤੇ ਅਸਾਂ ਬਦਲਾ ਦੇਣਾ ਹੈ ਸ਼ੁਕਰ ਕਰਨ ਵਾਲਿਆਂ ਨੂੰ ਤੇ ਤੇਰੇ ਪੈਗੰਬਰ ਨੇ ਜਿੰਨਾ ਨਾਲ ਹੋ ਕੇ ਲੜੇ ਨੇ ਬਹੁਤ ਅੱਲਾ ਵਾਲੇ ਫਿਰ ਨਹੀਂ ਹਾਰ ਬੈਠੇ ਅੱਲਾ ਦੇ ਰਾਹ ਵਿੱਚ ਮੁਸੀਬਤਾਂ ਤੋਂ ਤੇ ਕਮਜ਼ੋਰ ਨਹੀਂ ਹੋ ਗਏ ਤੇ ਦਬ ਨਹੀਂ ਗਏ ਤੇ ਅੱਲਾ ਨੂੰ ਪਾਉਂਦੇ ਨੇ ਸਬਰ ਕਰਨ ਵਾਲੇ ਤੇ ਕੁਝ ਨਹੀਂ ਸੀ ਸੁਖਨੋ ਨਾ ਦਾ ਪਰ ਇਹੋ ਜੋ ਆਖਿਓ ਨੇ ਸਾਡੇ ਰਬਾ ਬਖਸ਼ ਸਾਨੂੰ ਗੁਨਾ ਸਾਡੇ ਤੇ ਹੱਦੋਂ ਲੰਘ ਜਾਣਾ ਸਾਡਾ ਆਪਣੇ ਕੰਮ ਵਿੱਚ ਤੇ ਪੱਕੇ ਰੱਖ ਪੈਰ ਸਾਡੇ ਤੇ ਮਦਦ ਕਰ ਸਾਡੀ ਬੇਈਮਾਨ ਲੋਕਾਂ ਉੱਤੇ ਫਿਰ ਜਿੱਤਾ ਉਹਨਾਂ ਨੂੰ ਅੱਲਾ ਨੇ ਸਵਾਬ ਦੁਨੀਆ ਦਾ ਤੇ ਸੋਹਣਾ ਸਵਾਬ ਆਖਰਤ ਦਾ ਤੇ ਅੱਲਾ ਨੂੰ ਪਿਆਰੇ ਲੱਗਦੇ ਨੇ ਨੇਕੋਕਾਰ ਐਈਮਾਨ ਵਾਲਿਓ ਜੇ ਆਖੇ ਲੱਗੋ ਗਏ ਬੇਈਮਾਨਾਂ ਦੇ ਮੋੜ ਦੇਣਗੇ ਤੁਹਾਨੂੰ ਪਿਛਲੀ ਪੈਰੀ ਫਿਰ ਹੋ ਜਾਓਗੇ ਕਾਟੇ ਵਾਲੇ ਸਭੋਂ ਅੱਲਾਇ ਮਦਦਗਾਰ ਤੁਹਾਡਾ ਤੇ ਉਹ ਸਾਰੇ ਮਦਦਗਾਰਾਂ ਵਿੱਚੋਂ ਚੰਗਾ ਹੈ ਹੁਣ ਅਸੀਂ ਪਾ ਦਾਂਗੇ ਬੇਈਮਾਨਾਂ ਦੇ ਦਰਾਂ ਵਿੱਚ ਡਰ ਇਸ ਬੱਬੋਂ ਜੀ ਸ਼ਰੀਕ ਠਾਇਏ ਉਹਨੇ ਅੱਲਾ ਦਾ ਜਿਸ ਦੇ ਸ਼ਰੀਕ ਹੋਣ ਦੀ ਉਹਨੇ ਕੋਈ ਦਲੀਲ ਨਹੀਂ ਉਤਾਰੀ ਤੇ ਟਿਕਾਣਾ ਉਹਨਾਂ ਦਾ ਅੱਗੇ ਤੇ ਕਈ ਭੁਰੀ ਵਸਤੀ ਹੈ ਜ਼ੁਲਮ ਕਰਨ ਵਾਲਿਆਂ ਦੀ ਤੇ ਜ਼ਰੂਰ ਸੱਚਾ ਕਰੂਖਾਇਆ ਤੁਹਾਨੂੰ ਅੱਲਾ ਨੇ ਵਾਦਾ ਆਪਣਾ ਜਦ ਤੁਸੀਂ ਉਹਨਾਂ ਨੂੰ ਕਤਲ ਕਰਦੇ ਸਹੋ ਉਹਦੇ ਹੁਕਮ ਨਾਲ ਇਥੋ ਤੀਖ ਜੋ ਜਦ ਨਾ ਮਰਜ਼ੀ ਕੀਤੀ ਹੋ ਜੇ ਤੇ ਝਗੜਾ ਕੀਤਾ ਜੇ ਬਾਹਮ ਕਾਮ ਵਿੱਚ ਤੇ ਹੁਕਮ ਮੋੜਿਓ ਜੇ ਪਿੱਛੇ ਇਸ ਦੇ ਜੋ ਵਿਖਾ ਚੁਕਾ ਤੁਹਾਨੂੰ ਜਿਹੜਾ ਪਿਆਰਾ ਲੱਗਦਾ ਹੈ ਤੁਹਾਨੂੰ ਕੋਈ ਤੁਸਾਂ ਵਿੱਚੋਂ ਚਾਹੰਦਾ ਸੀ ਦੁਨੀਆ ਤੇ ਕੋਈ ਤੁਸਾਂ ਵਿੱਚੋਂ ਚਾਹੰਦਾ ਸੀ ਆਖਰਤ ਫਿਰ ਉਲਟਾ ਦਿੱਤਾ ਤੁਹਾਨੂੰ ਉਹਨਾਂ ਉੱਤੋਂ ਤਾਂ ਅਜ਼ਮਾਇ ਤੁਹਾਨੂੰ ਤੇ ਮਾਫ ਕਰ ਛੱਡਿਆ ਸੂ ਤੁਹਾਨੂੰ ਤੇ ਅੱਲਾ ਫਜ਼ਲ ਵਾਲਾ ਹੈ ਈਮਾਨ ਵਾਲਿਆਂ ਉੱਤੇ ਜਦ ਤੁਸੀਂ ਦੂਰ ਨਸਦੇ ਜਾਂਦੇ ਸਾਓ ਤੇ ਪਰਦਕੇ ਨਹੀਂ ਵੇਖਦੇ ਸਾਓ ਕਿਸੇ ਵੱਲ ਤੇ ਪੈਗੰਬਰ ਸਾਦ ਸਾਬ ਸੀ ਤੁਹਾਨੂੰ ਤੁਹਾਡੀ ਪਿਛਲੀ ਜਮਾਤ ਵਿੱਚ ਫੇਰ ਬਦਲਾ ਦਿੱਤਾ ਤੁਹਾਨੂੰ ਗਮ ਉੱਤੇ ਗਮ ਤਾਂ ਜੋ ਨਾ ਛੁਰੋ ਤੁਸੀਂ ਆਪਣੇ ਹੱਥੋਂ ਨਿਕਲ ਗਈ ਤੇ ਤੇ ਨਾ ਆਪਣੇ ਸਿਰ ਮੁਸੀਬਤ ਪਹੁੰਚੀ ਉੱਤੇ ਤੇ ਅੱਲਾ ਨੂੰ ਖਬਰ ਹੈ ਜੋ ਕਰਦੇ ਹੋ ਫੇਰ ਉਤਾਰਿਆ ਤੁਸਾਂ ਉੱਤੇ ਪਿੱਛੇ ਗਮ ਦੇ ਆਰਾਮ ਉਂ ਬਾਉਂਦੀ ਸੀ ਕਈਆਂ ਨੂੰ ਤੁਹਾਡੇ ਵਿੱਚੋਂ ਤੇイク ਨਾ ਨੂੰ ਗਮ ਲਗਾਏ ਆਪਣੀਆਂ ਜਾਨਾਂ ਦਾ ਗੁਮਾਨ ਕਰਦੇ ਨੇ ਅੱਲਾ ਉੱਤੇ ਨਾ ਹੱਕ ਗੁਮਾਨ じゃ ਲੱਦਾ ਆਖਦੇ ਨੇ ਪੜਾ ਸਾਡੇ ਲਈ ਵੀ ਇਸ ਕੰਮ ਵਿੱਚੋਂ ਹਿੱਸਾ ਕੁਝ ਹੈ ਤੁਸੀਂ ਆਖੋ ਕੰਮ ਜ਼ਰੂਰ ਸਭ ਅੱਲਾ ਦੇ ਹੱਥ ਵਿੱਚ ਹੈ ਲੋਕਾਂ ਦੇ ਨੇ ਆਪਣੇ ਦਿਲ ਵਿੱਚ ਜੋ ਨਹੀਂ ਜ਼ਾਹਿਰ ਕਰਦੇ ਤੁਹਾਡੇ ਅੱਗੇ ਆਖਦੇ ਨੇ ਜੇ ਕਦੇ ਹੁੰਦਾ ਸਾਡੇ ਲਈ ਇਸ ਕੰਮ ਇਖਤਿਆਰ ਤਾਂ ਨਾ ਮਾਰੇ ਜਾਂਦੇ ਅਸੀਂ ਇੱਥੇ ਤੁਸੀਂ ਆਖੋ ਜੇ ਕਦੇ ਹੁੰਦੇ ਤੁਸੀਂ ਆਪਣੇ ਘਰਾਂ ਵਿੱਚ ਤਾਂ ਵੀ ਬਾਹਰ ਨਿਕਲਦੇ ਤੇ ਆਪਣੇ dignity ਦੀ ਜਗਾ ਵੱਲ ਜਿਨ੍ਹਾਂ ਦੇ ਸਿਰ ਲਖਿਆ ਸੀ ਮਾਰਿਆ ਜਾਣਾ ਪਹੁੰਚ ਜਾਂਦੇ ਨਾਲੇ ਤਾਂ ਜੋ ਅਜ਼ਮਾਵੇ ਅੱਲਾ ਜੋ ਤੁਹਾਡੇ ਸੀਨਿਆਂ ਵਿੱਚ ਨਾਲੇ ਤਾਂ ਜੋ ਨਿਤਾਰੇ ਜੋ ਤੁਹਾਡੇ ਦਿਲਾਂ ਵਿੱਚ ਤੇ ਅੱਲਾ ਜਾਣਦਾ ਹੈ ਸੀਨਿਆਂ ਦੇ ਪੇਤ ਜਿਨ੍ਹਾਂ ਕੰਢ ਫੇਰੀ ਤੁਸਾਂ ਵਿੱਚੋਂ ਜਿਸ ਦਿਨ ਲੜੀਆਂ ਦੋ ਪਹ ਜਾਂ ਤਿਲਕਾ ਦਿੱਤਾ ਉਹਨਾਂ ਨੂੰ ਨਿਰਾ ਸ਼ੈਤਾਨ ਨੇ ਕੁਝੋ ਨਦੀ ਕਮਾਈ ਦੀ ਸ਼ਮਤ ਨਾਲ ਤੇ ਜ਼ਰੂਰ ਮਾਫ ਕਰ ਚੁਕਾ ਹੈ ਅੱਲਾ ਉਹਨਾਂ ਨੂੰ ਅੱਲਾ ਜ਼ਰੂਰ ਬਖਸ਼ਨਹਾਰ ਤੇ ਅਮਲ ਵਾਲਾ ਹੈ ਐ ਇਮਾਨ ਵਾਲਿਓ ਨਾ ਹੋਵੋ ਉਹਨਾਂ ਵਾਂਗੂ ਜੋ ਬੇਈਮਾਨ ਹੋ ਗਏ ਨੇ ਕਿ ਆਖਿਓ ਨੇ ਆਪਣੇ ਪਰਾਵਾਂ ਬਾਰੇ ਜਾਂ ਦੋ ਸਫਰ ਗਏ ਕਿਸੇ ਜ਼ਮੀਨ ਵਿੱਚ ਜਾਂ ਗਰੀਬ ਬਣ ਕੇ ਅੱਲਾ ਦੇ ਰਾਹ ਵਿੱਚ ਲੜਨ ਵਾਲੇ ਜੇ ਕਦੇ ਰਹਿੰਦੇ ਸਾਡੇ ਕੋਲ ਨਾ ਮਰਦੇ ਤੇ ਨਾ ਮਾਰੇ ਜਾਂਦੇ ਤਾਂ ਲਾ ਦੇਵੇ ਅੱਲਾ ਇਸ ਗੱਲ ਦਾ ਪਛਤਾਵਾ ਉਹਨਾਂ ਦੇ ਜਿਲਾਮੇ 'ਚ ਤੇ ਅੱਲਈ ਜਵਾਨ ਦਾ ਤੇ ਮਾਰਦਾ ਹੈ ਕਿਉਂਕਿ ਕਦੇ ਕਰ ਰਹਿਣ ਵਾਲਾ ਮਰ ਜਾਂਦਾ ਹੈ ਤੇ ਸਫਰ ਗਿਆ ਹੋਇਆ ਸਲਾਮਤ ਆ ਜਾਂਦਾ ਹੈ ਤੇ ਅੱਲਾਹ ਵੇਖਦਾ ਹੈ ਜੋ ਕਰਦੇ ਹੋ ਤੇ ਜੇ ਤੁਸੀਂ ਮਾਰੇ ਗਏ ਅੱਲਾਹ ਦੇ ਰਾਹ ਵਿੱਚ ਜਾਂ ਮਰ ਗਏ ਤਾਂ ਬਖਸ਼ਿਸ਼ ਅੱਲਾਹ ਵੱਲੋਂ ਤੇ ਮਿਹਰ ਚੰਗੀ ਹੋ ਉਸ ਨਾਲੋਂ ਜੋ ਕੁਝ ਜੋੜਦੇ ਨੇ ਤੇ ਜੇ ਤੁਸੀਂ ਮਰ ਗਏ ਜਾਂ ਮਾਰੇ ਗਏ ਤਾਂ ਅੱਲਾ ਹੀ ਵਾਲੇ ਇਕੱਠੇ ਹੋਣਾ ਜੀ ਹਬੀਬ ਫਿਰ ਕੁਝ ਅੱਲਾ ਹੀ ਦੀ ਮਿਹਰ ਨਾਲ ਤੁਸੀਂ ਨਰਮ ਹੋ ਗਏ ਉਹਨਾਂ ਲਈ ਤੇ ਜੇ ਕਦੇ ਹੁੰਦੇ ਕੌੜੇ ਸਖਤ ਦਿਲ ਤਾਂ ਖਿੰਡਲ ਜਾਂਦੇ ਤੁਹਾਡੀ ਦੁਆ ਲਿਓ ਸੋ ਮਾਫ ਕਰਦੇ ਹੋ ਉਹਨਾਂ ਨੂੰ ਤੇ ਬਖਸ਼ਿਸ਼ ਮੰਗਉਣ ਨਾਲੇ ਤੇ ਸਲਾਹ ਲੈ ਲਓ ਉਹਨਾਂ ਦੀ ਕੰਮ ਵਿੱਚ ਫਿਰ ਜਦ ਤੁਸੀਂ ਪੱਕਾ ਕਰੋ ਤਾਂ ਭਰੋਸਾ ਕਰੋ ਅੱਲਾ ਉੱਤੇ ਅੱਲਾ ਨੂੰ ਜ਼ਰੂਰ ਪਿਆਰੇ ਲੱਗਦੇ ਨੇ ਭਰੋਸਾ ਕਰਨ ਵਾਲੇ ਜੇ ਮਦਦ ਕਰੇ ਤੁ ਸਾਡੀ ਅੱਲਾ ਤਾਂ ਨਹੀਂ ਕੋਈ ਹੈਰਾਨ ਜੋਗਾ ਤੁਹਾਨੂੰ ਤੇ ਜੇ ਉਹ ਛੱਡ ਦੇ ਤੁਹਾਨੂੰ ਤਾਂ ਕੌਣ ਹੈ ਉਹ ਜਿਹੜਾ ਮਦਦ ਕਰੇ ਤੁ ਸਾਡੀ

ਤੇ ਕਈ ਬੁਰੀ ਜਗਾ ਹੈ ਮੁੜ ਕੇ ਜਾਣ ਦੀ ਉਹ ਲੋਕ ਕਈ ਕਿਸਮ ਦੇ ਨੇ ਕੋਲ ਅੱਲਾ ਦੇ ਤੇ ਅੱਲਾ ਵੇਖਦਾ ਹੈ ਜੋ ਕਰਦੇ ਨੇ ਜ਼ਰੂਰ ਇਹਸਾਨ ਕੀਤਾ ਅੱਲਾ ਨੇ ਈਮਾਨ ਵਾਲਿਆਂ ਉੱਤੇ ਜਦ ਭੇਜਿਆ ਉਹਨਾਂ ਵਿੱਚ ਇੱਕ ਪਰਮਬਰ ਉਹਨਾਂ ਦੀ ਜ਼ਾਤ ਦਾ ਪੜਦਾ ਉਹਨਾਂ ਗਿਆ ਹੈ ਤਾਂ ਉਹਦੀਆਂ ਤੇ پاک ਕਰਦਾ ਉਹਨਾਂ ਨੂੰ ਤੇ ਸਖਾਂਦਾ ਉਹਨਾਂ ਨੂੰ ਕੁਰਾਨ ਤੇ ਹਦੀਸ ਤੇ ਜ਼ਰੂਰ ਹੀ ਉਹ ਪਹਿਲੇ ਖੁੱਲੇ ਖੁੱਲੇ ਕੋਰਾਏ ਪਏ ਹੋਏ ਸਨ ਭਲਾ ਤੇ ਜਦ ਪਹੁੰਚੀ ਤੁਹਾਨੂੰ ਇੱਕ ਮੁਸੀਬਤ ਅੱਜ ਪਹੁੰਚਾ ਚੁੱਕੇ ਹੋ ਤੁਸੀਂ ਬਦਲ ਵਿੱਚ ਉਦੋਂ ਦੂਣੀ ਆਖਿਓ ਜੇ ਕਿੱਥੋਂ ਆ ਗਈ ਹਬੀਬ ਤੁਸੀਂ ਆਖੋ ਇਹ ਮੁਸੀਬਤ ਤੁਹਾਡੀ ਆਪਣੀ ਲਿਆਂਦੀ ਹੋਈ ਏ ਅੱਲਾ ਦਾ ਜ਼ਰੂਰ ਹਰ ਕਿਸੇ ਉੱਤੇ ਵਸ ਚੱਲਦਾ ਤੇ ਜੋ ਕੋਈ ਨੁਕਸਾਨ ਪਹੁੰਚਿਆ ਤੁਹਾਨੂੰ ਜਿਸ ਦਿਨ ਲੜੀਆਂ ਦੋ ਫੌਜਾਂ ਸੋ ਅੱਲਾ ਦੇ ਹੁਕਮ ਨਾਲ ਸੀ ਤਾਂ ਜੋ ਅੱਲਾ ਜਾਣ ਲਵੇ ਈਮਾਨ ਵਾਲਿਆਂ ਨੂੰ ਤੇ ਨਾਲੇ ਜਾਣ ਲਵੇ ਉਹਨਾਂ ਨੂੰ ਜਿਹੜੇ ਦੋ ਰੰਗੇ ਹੋ ਗਏ ਨੇ ਤੇ ਆਖਿਆ ਗਿਆ ਉਹਨਾ ਦੋ ਰੰਗਿਆਂ ਮੁਨਾਫਕਾਂ ਨੂੰ ਭਈ ਆਓ ਲੜੋ ਅੱਲਾ ਦੇ ਰਾਹ ਜਾ ਦੁਸ਼ਮਣ ਨੂੰ ਹਟਾਓ ਆਖਣ ਲੱਗੇ ਜੇ ਕਦੇ ਅਸੀਂ ਜਾਣਦੇ ਲੜਾਈ ਤਾਂ ਤੁਹਾਡਾ ਸਾਥ ਕਰਦੇ ਉਹ ਲੋਕ ਬੇਈਮਾਨੀ ਦੇ ਉਸ ਦਿਨ ਬਧੇਰੇ ਨੇੜੇ ਸਾਨੀਮਾਨ ਨਾਲ ਆਖਦੇ ਨੇ ਆਪਣੇ ਮੂੰਹਾਂ ਨਾਲ ਜੋ ਨਹੀਂ ਉਹਨਾਂ ਦੇ ਦਿਲਾਂ ਵਿੱਚ ਤੇ ਅੱਲਾ ਖੂਬ ਜਾਣਦਾ ਜੋ ਲੁਕਾਉਂਦੇ ਨੇ ਜਿਨ੍ਹਾਂ ਆਖਿਆ ਆਪਣੇ ਭਰਾਵਾਂ ਨੂੰ ਤੇ ਆਪ ਬਹਿ ਰਹੇ ਇਹ ਕਦੇ ਆਖੇ ਲੱਗਦੇ ਸਾਡੇ ਨਾ ਮਾਰੇ ਜਾਂਦੇ ਤੁਸੀਂ ਆਖੋ ਫਿਰ ਹਟਾ ਸੁੱਟੋ ਆਪਣੀ ਅਜਾਨਾ ਉਤੋਂ ਮੌਤ ਨੂੰ ਜੇ ਤੁਸੀਂ ਸੱਚੇ ਹੋ ਤੇ ਜਿਹੜੇ ਮਾਰੇ ਗਏ ਅੱਲਾਹ ਦੀ ਰਾਹ ਵਿੱਚ ਉਹਨਾਂ ਨੂੰ ਮੁਰਦਾ ਨਾ ਆਖੋ ਸਗੋਂ ਜਿਉਂਦੇ ਨੇ ਆਪਣੇ ਰੱਬ ਕੋਲ ਰਿਜ਼ਕ ਵੀ ਮਿਲਦਾ ਨੇ ਖੁਸ਼ ਨੇ ਉਸ ਉਤੇ ਜੋ ਦਿੱਤਾ ਉਹਨਾਂ ਨੂੰ ਅੱਲਾਹ ਨੇ ਆਪਣੇ ਫਜ਼ਲ ਨਾਲ ਤੇ ਖੁਸ਼ਖਬਰੀ ਲੈਂਦੇ ਨੇ ਉਹਨਾਂ ਦੀ ਜਿਹੜੇ ਦੁਨੀਆਂ ਵਿੱਚ ਉਹਨਾਂ ਤੋਂ ਪਿੱਛੇ ਰਹਿ ਗਏ ਨੇ ਉਹਨਾਂ ਲਈ ਵੀ ਕੋਈ ਖੌਫ ਨਹੀਂ ਤੇ ਨਾ ਉਹ ਚੁਰਨਗੇ ਉਹ ਖੁਸ਼ਖਬਰੀ ਲੈਣ ਨੇ ਅੱਲਾ ਦੀ ਨੇਮਤ ਤੇ ਫਜ਼ਲ ਦੀ ਤੇ ਇਸ ਦੀ ਜੋ ਅੱਲਾ ਜ਼ਰੂਰ ਐਵੇਂ ਨਹੀਂ ਗਵਾੰਦਾ ਮਜ਼ਦੂਰੀ ਈਮਾਨ ਵਾਲਿਆਂ ਦੀ ਜਿਨ੍ਹਾਂ ਹੁਕਮ ਮੰਨ ਲਿਆ ਅੱਲਾ ਤੇ ਪੈਗੰਬਰ ਦਾ ਪਿੱਛੇ ਇਸ ਦੇ ਜੋ ਲਗਾ ਉਹਨਾਂ ਨੂੰ ਫਟ ਵਾਸਤੇ ਉਹਨਾਂ ਦੇ ਜਿਨ੍ਹਾਂ ਨੇਕੀ ਕੀਤੀ ਉਹਨਾਂ ਵਿੱਚੋਂ ਤੇ ਬਚੇ ਸਵਾਦ ਦੇ ਬੜਾ ਜਿਨ੍ਹਾਂ ਨੂੰ ਆਖਿਆ ਲੋਕਾਂ ਨੇ ਪਈ ਦੁਸ਼ਮਣ ਲੋਕਾਂ ਨੇ ਜ਼ਰੂਰ ਇਕੱਠ ਕੀਤਾ ਹੈ ਤੁਸਾਂ ਲਈ ਸੋ ਡਰੋ ਨਾ ਤੂੰ ਇਹ ਸੁਣ ਕੇ ਵੱਧ ਗਿਆ ਉਹਨਾਂ ਦਾ ਈਮਾਨ ਤੇ ਆਖਿਓ ਨੇ ਬਤੇਰਾ ਸਾਨੂੰ ਅੱਲਾ ਤੇ ਵਾਵਾ ਕੰਮ ਬਣਾਉਣ ਵਾਲਾ ਹੈ ਫੇਰ ਮੁੜ ਆਏ ਅੱਲਾ ਦੇ ਇਹਾਸਾਨ ਤੇ ਫਜ਼ਲ ਨਾਲ ਨਾ ਪਹੁੰਚਿਆ ਉਹਨਾਂ ਨੂੰ ਕੁਝ ਰੰਜ ਤੇ ਤੁਰੇ ਅੱਲਾ ਦੀ ਮਰਜ਼ੀ ਉੱਤੇ ਤੇ ਅੱਲਾ ਬੜਾ ਫਜ਼ਲ ਵਾਲਾ ਹੈ ਇਹ ਨਿਹਰਾ ਸ਼ੈਤਾਨ ਜੇ ਖਾਮ ਖਾੜ ਰਾਂਦਾ ਹੈ ਆਪਣੇ ਦੋਸਤਾਂ ਨੂੰ ਸੋ ਤੁਸੀਂ ਨਾ ਡਰੋ ਉਹਨਾਂ ਤੋਂ ਤੇ ਡਰੋ ਮੈਥੋਂ ਜੇ ਤੁਸੀਂ ਇਮਾਨ ਵਾਲੇ ਹੋ ਇਹ ਹਬੀਬ ਤੇ ਗਮ ਵਿੱਚ ਨਾ ਪਾਣ ਤੁਹਾਨੂੰ ਜਿਹੜੇ ਨਸ ਦੇ ਪਾਜਦੇ ਨੇ ਕੁਫਰ ਦੀ ਰਾਹ ਵਿੱਚ ਉਹ ਜ਼ਰੂਰ ਨਹੀਂ ਵਿਗਾੜਨਗੇ ਅੱਲਾ ਦਾ ਕੁਝ ਵੀ ਚਾਹਦਾ ਹੈ ਅੱਲਾ ਜੋ ਨਾ ਦੇਵੇ ਉਹਨਾਂ ਨੂੰ ਕੁਛ ਹਿੱਸਾ ਆਖਰਤ ਵਿੱਚ ਤੇ ਉਹਨਾਂ ਨੂੰ ਬੜੀ ਮਾਰ ਹੈ ਜਿੰਨਾ ਮੁੱਲ ਲਈ ਇਹ ਬੇਇਮਾਨੀ ਬਦਲੇ ਇਮਾਨ ਦੇ ਜ਼ਰੂਰ ਉਹ ਨਾ ਵਿਗਾੜ ਸਕਣਗੇ ਅੱਲਾ ਦਾ ਕੁਝ ਵੀ ਤੇ ਉਹਨਾਂ ਨੂੰ ਦੁੱਖ ਦੀ ਮਾਰ ਹੈ ਤੇ ਨਾ ਗੁਮਾਨ ਕਰਨ ਜਿਹੜੇ ਬੇਈਮਾਨ ਹੋਏ ਨੇ ਜੋ ਟਿੱਲ ਦੇਣਾ ਸਾਡਾ ਉਹਨਾਂ ਨੂੰ ਕੁਝ ਚੰਗਾ ਉਹਨਾਂ ਦੇ ਅੱਖ ਵਿੱਚ ਅਸੀਂ ਟਿੱਲ ਦੇਨੇ ਆ ਉਹਨਾਂ ਨੂੰ ਨਿਹਰਾ ਇਸ ਵਾਸਤੇ ਤਾਂ ਜੋ ਵੱਧ ਜਾਣ ਗੁਨਾਹ ਵਿੱਚ ਤੇ ਉਹਨਾਂ ਨੂੰ ਬੇਇੱਜ਼ਤੀ ਦੀ ਮਾਰ ਹੈ ਅਜਿਆ ਨਹੀਂ ਹੈਲਾ ਜੋ ਛੱਡ ਦੇ ਇਮਾਨਦਾਰਿਆਂ ਨੂੰ ਉਸੇ ਹਾਲ ਉਤੇ ਜਿਸ ਹਾਲ ਉਤੇ ਤੁਸੀਂ ਹੋਣ ਉਹ ਜਦ ਤੱਕ ਨਿਖੇੜੇ ਪਲੀਤ ਨੂੰ ਪਾਕ ਤੋ ਤੇ ਅਜਿਹਾ ਨਹੀਂ ਹੈ ਅੱਲਾ ਜੋ ਵਾਕਫ ਕਰੇ ਤੁਹਾਨੂੰ ਗਾਇਬ ਦਾ ਪਰ ਅੱਲਾ ਚੁਣ ਲੈਂਦਾ ਆਪਣੇ ਪੈਗੰਬਰਾਂ ਵਿੱਚੋਂ ਜਿੰਨੂੰ ਚਾਹਵੇ ਤੇ ਤੁਸੀਂ ਮੰਨੋ ਅੱਲਾ ਨੂੰ ਤੇ ਉਹਦੇ ਪੈਗੰਬਰਾਂ ਨੂੰ ਤੇ ਜੇ ਤੁਸੀਂ ਮੰਨੋਗੇ ਤੇ ਬਚੋਗੇ ਤਾਂ ਤੁਸਾਂ ਲਈ ਸਵਾਦ ਹੈ ਬੜਾ ਤੇ ਨਾ ਗੁਮਾਨ ਕਰਨ ਜਿਹੜੇ ਬੁਖਲ ਕਰਦੇ ਨੇ ਉਸ ਚੀਜ਼ ਵਿੱਚ ਜੋ ਦਿੱਤੀ ਉਹਨਾਂ ਨੂੰ ਅੱਲਾ ਨੇ ਆਪਣੇ ਫਜ਼ਲ ਨਾਲ ਉਹ ਚੰਗਾ ਹੈ ਉਹਨਾਂ ਲਈ ਸਗੋਂ ਉਹ ਮੰਦਾ ਉਹਨਾਂ ਲਈ ਅਗੋਂ ਦਿਨ ਕਿਆਮਤ ਦੇ ਗਲੇ ਦਾ ਤੌਕ ਬਣ ਜਾਏਗੀ ਉਹ ਚੀਜ਼ ਜਿਸ ਵਿੱਚ ਮੁਖਲ ਕੀਤਾ ਨੇ ਤੇ ਅੱਲਾ ਹੀ ਦੀਏ ਵਰਸਾ ਅਸਮਾਨਾ ਤੇ ਜ਼ਮੀਨ ਦੀ ਤੇ ਅੱਲਾ ਨੂੰ ਖਬਰ ਹੈ ਜੋ ਕਰਦੇ ਹੋ ਜ਼ਰੂਰ ਸੁਣ ਲਈ ਅੱਲਾ ਨੇ ਗੱਲ ਉਹਨਾਂ ਦੀ ਜਿਨਾਂ ਆਖਿਆ ਭਈ ਅੱਲਾ ਜ਼ਰੂਰ ਭੁੱਖਾ ਹੈ ਤੇ ਅਸੀਂ ਦੌਲਤਾਂ ਵਾਲੇ ਹਾਂ ਹੁਣ ਲਿਖ ਰੱਖਨੇ ਆਂ ਅਸੀਂ ਜੋ ਆਖਿਆ ਨੇ ਨਾਲੇ ਉਹਨਾਂ ਦਾ ਮਾਰਨਾ ਪੈਗੰਬਰਾਂ ਨੂੰ ਨਾ ਹੱਕ ਵੀ ਲਿਖ ਲਿਆ ਹੈ ਤੇ ਅਸੀਂ ਆਖਾਂਗੇ ਫੈਸਲੇ ਦੇ ਵੇਲੇ

ਲਿਆ ਚੁਕੇ ਤੁਸਾਂ ਕੋਲ ਕਈ ਪੈਗੰਬਰ ਮੈਂ ਤੋਂ ਪਹਿਲੇ ਨਿਸ਼ਾਨੀਆਂ ਤੇ ਨਾਲੇ ਉਹ ਵੀ ਜਿਹੜੀ ਤੁਸਾਂ ਆਖੀ ਫਿਰ ਕਿਉਂ ਖੂਨ ਕੀਤਾ ਜੇ ਉਹਨਾਂ ਦਾ ਜੇ ਤੁਸੀਂ ਸੱਚੇ ਹੋ ਫਿਰ ਐ ਹਬੀਬ ਜੇ ਚੁਠਲਾਵਨ ਤੈਨੂੰ ਤਾਂ ਇਹ ਕੋਈ ਨਵੀਂ ਗੱਲ ਨਹੀਂ ਚੁਠੇ ਆਏ ਗਏ ਨੇ ਬਹੁਤ ਪੈਗੰਬਰ ਪਹਿਲੇ ਤੁਹਾਡੇ ਤੋਂ ਵਿਆਹ ਉਹ ਨਿਸ਼ਾਨੀਆਂ ਤੇ ਸਹੀਫੇ ਤੇ ਕਿਤਾਬ ਰੋਸ਼ਨ ਹਰ ਜਾਨ ਨੇ ਚਖਣੀ ਮੌਤ ਤੇ ਪੂਰਾ ਅਜਰ ਤੁਹਾਨੂੰ ਨਿਰਾ ਕਿਆਮਤ ਦੇ ਦਿਨ ਹੀ ਮਿਲੇਗਾ ਫਿਰ ਜਿੰਨੂੰ ਬਚਾਇਆ ਗਿਆ ਅੱਗ ਤੋਂ ਤੇ ਵਾੜਿਆ ਗਿਆ ਬਰਿਸ਼ਤ ਵਿੱਚ ਤਾਂ ਉਹਦਾ ਜ਼ਰੂਰ ਕੰਮ ਬਣ ਗਿਆ ਤੇ ਨਹੀਂ ਜੀਉਣਾ ਦੁਨੀਆ ਦਾ ਪਰ ਅਸਬਾਬ ਦੁਖ ਖਾਨ ਦਾ ਜ਼ਰੂਰ ਹੈ ਤੁਹਾਨੂੰ ਅਜ਼ਮਾਇਆ ਜਾਏਗਾ ਤੁਹਾਡੇ ਅਮਲਾਂ ਤੇ ਜਾਨਾ ਵਿੱਚ ਤੇ ਜ਼ਰੂਰ ਹੀ ਤੁਸੀਂ ਸੁਣੋਗੇ ਉਹਨਾਂ ਤੋਂ ਜਿਨ੍ਹਾਂ ਨੂੰ ਮਿਲੀ ਇਹ ਕਿਤਾਬ ਪਹਿਲੇ ਤੁਹਾਡੇ ਤੇ ਉਹਨਾਂ ਤੋਂ ਜਿਨ੍ਹਾਂ ਸ਼ਿਰਕ ਕੀਤਾ ਹੈ ਸੁਣੋਗੇ ਸਤਾਨ ਵਾਲੀਆਂ ਬਹੁਤ ਗੱਲਾਂ ਤੇ ਜੇ ਤੁਸੀਂ ਸਬਰ ਕਰੋਗੇ ਤੇ ਡਰੋਗੇ ਤਾਂ ਬੇਸ਼ੱਕੇ ਕੰਮ 'ਤੇ ਹੌਸਲੇ ਦੇ ਕਮਾਂ ਵਿੱਚੋਂ ਤੇ ਜੱਜ ਲਿਆ ਅੱਲਾਹ ਨੇ ਇਕਰਾਰ ਉਹਨਾਂ ਦਾ ਜਿਨ੍ਹਾਂ ਨੂੰ ਮਿਲੀ ਹੈ ਕਿਤਾਬ ਪਈ ਜ਼ਰੂਰ ਤੁਸੀਂ ਬਿਆਨ ਕਰੋਗੇ ਉਸ ਨੂੰ ਲੋਕਾਂ ਅੱਗੇ ਤੇ ਨਾ ਲੁਕਾਓਗੇ ਉਹਨੂੰ ਫਿਰ ਛੁੱਟ ਛੜਿਓ ਨੇ ਉਹਨੂੰ ਆਪਣੀ ਕੰਢ ਪਿੱਛੇ ਤੇ ਖਰੀਦੋਨੇ ਬਦਲੇ ਉਸਦੇ ਮੁੱਲ ਥੋੜਾ ਸੋ ਕਈ ਬੁਰੀ ਬਸਤੇ ਜੋ ਖਰੀਦਿਓਨੇ ਨਾ ਖਿਆਲ ਕਰੋ ਨਾ ਦਾ ਜਿਹੜੇ ਦੀਜਦੇ ਨੇ ਆਪਣੇ ਕੀਤੇ ਉੱਤੇ ਤੇ ਚਾਹਦੇ ਨੇ ਸੋਭਾ ਕਰਵਾਨੀ ਉਸ ਕੰਮ ਉੱਤੇ ਜੋ ਨਹੀਂ ਨ ਕੀਤਾ ਸੋ ਨਾ ਗੁਮਾਨ ਕਰੋ ਉਹ ਛੁੱਟਦੇ ਰਹਿਣਗੇ ਅਜ਼ਾਬ ਤੋਂ ਉਹਨਾਂ ਨੂੰ ਤੇ ਦੁੱਖ ਦੀ ਮਾਰ ਹੈ ਕਿ ਅੱਲਾ ਹੀ ਦੀਏ ਬਾਦਸ਼ਾਹੀ ਅਸਮਾਨਾਂ ਤੇ ਜ਼ਮੀਨ ਦੀ ਅੱਲਾ ਦਾ ਹਰ ਕਿਸੇ ਉੱਤੇ ਵਸ ਚੱਲਦਾ ਹੈ ਵਿੱਚ ਬਣਾਨੇ ਅਸਮਾਨਾਂ ਤੇ ਜ਼ਮੀਨ ਦੇ ਤੇ ਆਣੇ ਜਾਣੇ ਰਾਤ ਤੇ ਦਿਨ ਦੇ ਜ਼ਰੂਰੀ ਨਿਸ਼ਾਨੀਆਂ ਨੇ ਅਕਲਾਂ ਵਾਲਿਆਂ ਲਈ ਜਿਹੜੇ ਯਾਦ ਕਰਦੇ ਨੇ ਅੱਲਾ ਨੂੰ ਖਲੋਤੇ ਤੇ ਬੈਠੇ ਤੇ ਆਪਣੇ ਪਾਸਿਆਂ ਪਰਨੇ ਤੇ ਫਿਕਰ ਦੋਲ ਆਂਦੇ ਨਹੀਂ ਵਿੱਚ ਬਣਾਨੇ ਅਸਮਾਨਾਂ ਤੇ ਜ਼ਮੀਨ ਦੇ ਉਹ ਬੇਇਖਤਿਆਰ ਆਖਦੇ ਨੇ ਸਾਡੇ ਰੱਬਾ ਨਹੀਂ ਬਣਾਇਆ ਇਹ ਸਭ ਐਵੇਂ ਕਿਵੇਂ ਤੂੰ ਬੇਅਹਿਰ ਸੋ ਬਚਾ ਸਾਨੂੰ ਅੱਗ ਦੇ ਅਜ਼ਾਬੋਂ ਸਾਡੇ ਰੱਬਾ ਜਿਹਨੂੰ ਤੂੰ ਅੱਗ ਵਿੱਚ ਪਾਇਆ ਤਾਂ ਉਹਨੂੰ ਤੂੰ ਜ਼ਰੂਰ ਖوار ਕੀਤਾ ਤੇ ਨਹੀਂ ਜ਼ੁਲਮ ਕਰਨ ਵਾਲਿਆਂ ਦੀ ਤੇ ਹਥਿਆਰਿਆਂ ਦੀ ਕੋਈ ਮਦਦ ਕਰਨ ਵਾਲਾ ਸਾਡੇ ਰੱਬਾ ਅਸਾਂ ਜ਼ਰੂਰ ਸੁਣਿਆ ਹੈ ਇੱਕ ਸੱਦਣ ਵਾਲਾ ਜੋ ਸੱਦਦਾ ਈਮਾਨ ਵਾਲ ਭਾਈ ਮੰਨੋ ਰੱਬ ਆਪਣੇ ਨੂੰ ਸੋ ਅਸਾਂ ਮੰਨਿਆ ਹੈ ਸਾਡੇ ਰੱਬਾ ਹੁਣ ਬਖਸ਼ ਸਾਨੂੰ ਗੁਨਾਹ ਸਾਡੇ ਤੇ ਉਤਾਰ ਸਾਡੇ ਸਿਰੋਂ ਬੁਰਾਈਆਂ ਸਾਡੀਆਂ ਤੇ ਮੌਤ ਦੇ ਸਾਨੂੰ ਨੇਕ ਲੋਕਾਂ ਨਾਲ ਸਾਡੇ ਰੱਬਾ ਦੇ ਸਾਨੂੰ ਜੋ ਵਾਅਦਾ ਕੀਤਾ ਈ ਸਾਨੂੰ ਆਪਣੇ ਤੇ ਗਮਰਾਂ ਦੀ ਜ਼ੁਬਾਨੀ ਤੇ ਨਾ ਖ਼ਾਰ ਕਰ ਸਾਨੂੰ ਦਿਨ ਕਿਆਮਤ ਦੇ ਤੂੰ ਜ਼ਰੂਰ ਨਹੀਂ ਖਿਲਾਫ਼ ਕਰਦਾ ਵਾਅਦੇ ਦਾ ਫਿਰ ਕਬੂਲ ਕੀਤੀ ਦੁਆ ਉਹਨਾਂ ਦੇ ਰੱਬ ਨੇ ਪਈ ਮਜ਼ਦੂਰ ਐਵੇਂ ਨਹੀਂ ਕਮਾਉਂਦਾ ਕਮਾਈ ਕਿਸੇ ਕਮਾਉ ਦੀ ਤੁਸਾਂ ਵਿੱਚੋਂ ਮਰਦ ਦੀ ਜਾਂ ਔਰਤ ਦੀ ਤੁਸੀਂ ਆਪਸ ਵਿੱਚ ਇੱਕੋ ਹੀ ਹੋ ਫਿਰ ਜਿੰਨਾ ਵਤਨ ਛੱਡੇ ਤੇ ਕੱਢੇ ਗਏ ਆਪਣੇ ਘਰਾਂ ਤੋਂ ਤੇ ਸਤਾਏ ਗਏ ਮੇਰੇ ਰਾਹ ਵਿੱਚ ਤੇ ਲੜੇ ਤੇ ਮਾਰੇ ਗਏ ਜ਼ਰੂਰ ਮੈਂ ਉਤਾਰਾਂਗਾ ਉਹਨਾਂ ਦੇ ਸਿਰੋਂ ਬੜੀਆਂ ਆਇਆਂ ਉਹਨਾਂ ਦੀਆਂ ਤੇ ਮੈਂ ਜ਼ਰੂਰ ਪਾਵਾਂਗਾ ਉਹਨਾਂ ਨੂੰ ਬੇਸ਼ਤਾਂ ਵਿੱਚ ਜਿਨ੍ਹਾਂ ਦੇ ਹੀਟ ਵਗਦੀਆਂ ਨੇ ਨਹਿਰਾਂ ਮਿਲੇਗਾ ਸਵਾਬ ਅੱਲਾ ਕੋਲੋਂ ਅੱਲਾ ਦੇ ਕੋਲ ਸੋਨਾ ਸਵਾਦ ਦੇ ਐ ਹਬੀਬ ਨਾ ਤੋ ਕਿਛ ਪਾਏ ਤੈਨੂੰ ਆਣਾ ਜਾਣਾ ਬੇਈਮਾਨਾਂ ਦਾ ਦੁਨੀਆਂ ਦੇ ਮੁਲਕਾਂ ਵਿੱਚ ਹਿਆਤੀ ਦੀ ਵਰਤਨ ਥੋੜੀ ਜਾਈ ਫੇਟ ਕਾਣਾ ਉਹਨਾਂ ਦਾ ਦੋਜ਼ਖੇ ਤੇ ਕਿਆ ਬੁਰਾ ਬਿਚੋਣਾ ਹੈ ਪਰ ਜਿਹੜੇ ਡਰੇ ਆਪਣੇ ਰੱਬ ਤੋਂ ਉਹਨਾਂ ਲਈ ਬੈਸ਼ਟ ਨੇ ਜਿਨ੍ਹਾਂ ਦੇ ਹੀਟ ਵਗਦੀਆਂ ਨੇ ਨਹਿਰਾਂ ਸਦਾ ਰਹਿਣਗੇ ਉੱਥੇ ਇਹ ਮਹਿਮਾਨੀ ਹੈ ਅੱਲਾ ਦੇ ਕੋਲ ਉਹਨਾਂ ਦੀ ਤੇ ਜੋ ਕੁਝ ਅੱਲਾ ਕੋਲ ਹੈ ਚੰਗਾ ਇਨਕਾ ਲਈ ਤੇ ਕਿਤਾਬ ਵਾਲਿਆਂ ਵਿੱਚੋਂ ਉਹ ਵੀ ਹੈ ਜਿਹੜਾ ਮੰਨਦਾ ਹੈ ਅੱਲਾ ਨੂੰ ਤੇ ਉਸ ਨੂੰ ਜੋ ਉਤਰਿਆ ਤੇਰੇ ਵੱਲ ਤੇ ਜੋ ਉਤਰਿਆ ਖੁਦ ਉਹਨਾਂ ਵੱਲ ਡਰ ਕੇ ਅੱਲਾ ਤੋਂ ਉਹ ਨਹੀਂ ਖਰੀਦਦੇ ਬਦਲੇ ਅੱਲਾ ਦੀਆਂ ਆਇਤਾਂ ਦੇ ਮੁੱਲ ਥੋੜਾ ਉਹੋ ਨੇ ਜਿਨ੍ਹਾਂ ਦਾ ਸਵਾਦ ਹੈ ਉਹਨਾਂ ਦੇ ਰੱਬ ਕੋਲ ਅੱਲਾ ਜ਼ਰੂਰ ਸ਼ਤਾਬੀ ਹਿਸਾਬ ਲੈਣ ਵਾਲਾ ਐ ਇਮਾਨ ਵਾਲਿਓ ਮੁਕਾਬਲੇ ਵਿੱਚ ਸਬਰ ਕਰੋ ਤੇ ਬੰਦਗੀ ਵਿੱਚ ਲੱਗੇ ਰਹੋ ਤੇ ਡਰੋ ਅੱਲਾਹ ਤੋਂ ਤਾਂ ਤੁਸੀਂ ਮੁਰਾਦ ਪਾਓ